बिस्मिल्लाह रहमान रहीम, अस्सलाम वालेकुम। मैं तमाम बहना भाइयों की हाल चाल है, उम्मीद करनी है कि ठीक ठाक हो सब, और अल्लाह पाक का शुक्र है कि असी ठीक ठाक हाँ। जिते रहो उसके मुस्कुराते रहो, साड़ियाँ दुआ हमेशा तुहाडे नाल हन, और अल्लाह पाक खुश रखे ते आबाद रखे मेरे सब भैन भाइयों, और जो बीमार है अल्लाह पाक उन्होंने शफा दे, जिन्हों को कारोबार नहीं है अल्लाह पाक उन्होंने कारोबार दे, जिन्हों को औलाद नहीं हैगी अल्लाह पाक उन्होंने औलाद दे, और अल्लाह पाक साहब ते अपनी रहमत रखे, सब ने खुश रखे, अल्लाह पाक साहब ने ढेर सारियाँ खुशियाँ दे। और अज के भी लोग अल्लाह पाक नूं याद करके करने आगाज़, क्योंकि सुबह सुबह का टाइम हैगा, तो मैं ना उठ के तो मलियां मुंजियां जिहड़ियां हैगियां ना कट्टियां कर लईआं हैगियां, क्योंकि मिस्त्री भाई मजदूर और ना आ जाते, झाड़ू वगैरह मैं थोड़ा बहुत मार लिया है, मजदूर भाई और टाइम नाल आ जाते, और ना नूर फातिमा भी तैयार हो गई है, तो तैयार होकर तो फिर चलते हैं, इन्होंने जाना है स्कूल क्योंकि कल छुट्टी सी। हाँ जी, तो माशाल्लाह मिस्त्री भाई और भी आ गए, तो मारिया तो नूर फातिमा जी अज ना रक्षा आया को नहीं, छुट्टी है हाँ जी, छुट्टी कर ले, तो मिस्त्री भाई और आ गए माशाल्लाह है ना, इस जगह पर वो जी थले ना कालब करके इन उत्ते फटे लासन जी, फटे ला के फिर उत्ते लावणगे वो की कहें अपना और लेंटर वगैरह वो पौड़ी का, और सुबह सुबह जरा बेगम साहब तो बड़ी अज बच्चों ने सुबह सुबह उठाया माशाल्लाह, उस पारा पढ़ के ते बाद तैयार हो थोड़ी ईटा कम आन, 500 ईट और लैनी पै गई है, तो बाहर जो मुन है ना, हाँ जी, तो माशाल्लाह जरा ना आए मुन भी जी अज असी डाह रहे हैं, क्योंकि गेट की बड़ी मजबूरी बनी हुई है, ताकि गेट जड़ा ना वो लग जासी, भाई और जड़े ना गेट अगला तोड़ के तो इन उच्चा फिर करांगे, क्योंकि इतों तो जी सलाख तो उच्चा है ना, तकरीबन 1.5 फुट उच्चा रखांगे पुराई के मुताबिक, इस तरह के वो उतना पानी उदू डिलान होनी थले, हो सकता कल रोड बन जाए तो उनके फिर परेशानी ना बन सी, ਤੇ ਭਾਈ ਹੋਰੀ ਆਏ ਮੁੰਡਾ ਦੇ ਮਨ ਨਾਲ ਨਾ ਕੋਸ਼ਿਸ਼ ਕਰਨਾ ਨਾਲ ਜੀ ਉਹਨਾਂ ਨੇ ਹੈਲਪ ਕਰਾ, ਹੁਣ ਫੱਟੇ ਲੱਗਣੇ ਸ਼ੁਰੂ ਹੋ ਗਏ, ਇੱਟਾਂ ਵੀ ਭਾਈ ਲੈ ਕੇ ਆ ਗਿਆ, ਕੀ ਸ਼ਬਾ ਆ ਪੁੱਤਰ ਬਾਹਰ ਪਿਆ ਉੱਥੇ ਚਾਹ ਲੈ ਮਾਰੀਆ, ਉਹ ਗੇਟ ਜਿੱਥੇ ਭਾਈ ਪੱਟਦਾ ਪਿਆ ਉੱਥੇ ਚੱਕ ਲਿਆ, ਹਾਂਜੀ, ਅਤੇ ਮਾਸ਼ਾ ਅਸੀਂ ਰਹਿਣਾ ਚਾਚਾ ਹੋਰ ਫਰਾ ਚਾਹੀਦੇ, ਇਹ ਕੱਲ੍ਹ ਭਿੱਜ ਗਿਆ ਉੱਥੇ ਜਿੱਥੇ ਆਪਾਂ ਪਾਣੀ ਤਾਂ ਰੁਕਦੇ ਰਹੇ ਹਾਂ, ਅਤੇ ਆਹ ਉੱਪਰ ਮਣੀ ਨੇ ਪਾਸ ਅੰਦਰ, ਹਾਂਜੀ, ਅਤੇ ਮਾਸ਼ ਲੈ ਜਾਣਾ, ਅੱਲਾ ਪਾਕ ਦਾ ਸ਼ੁਕਰ ਹੈ ਕਿ ਇਹ ਅੱਜ ਕੰਮ ਇਹ ਵੀ ਮੁਕੰਮਲ ਹੋ ਜਾਸੀ, ਅਤੇ ਬਾਕੀ ਜੀ ਇਨਸ਼ਾਅੱਲਾ ਅੱਲਾ ਤਾਲਾ ਕਰਮ ਕਰਸੀ ਜਿਹੜੀ ਹੈ ਨਾ ਆਹ ਥੱਲੇ ਵਾਲਾ ਫਰਸ਼ ਇਹਦੀ ਰੋੜੀ ਵਗੈਰਾ ਵੀ ਬਣਦੀ ਪਈ ਹੈ, ਅਤੇ ਇਹ ਵੀ ਜੀ ਇੱਥੇ ਇਨਸ਼ਾਅੱਲਾ ਫਰਸ਼ ਵੀ ਆ ਲੱਗ ਜਾਸੀ, ਤਾਂ ਕਿ ਜਿਹੜਾ ਪਾਣੀ ਉਸੀ ਨਾ ਅੰਦਰੋਂ ਤਰਾਈ ਦਾ ਉਹ ਪਾਣੀ ਬਾਹਰ ਉਸੀ ਇਸ ਜਗ੍ਹਾ 'ਤੇ ਗਾਰਾ ਨਾ ਬਣ ਸੀ, ਇਸ ਪਾਣੀ ਹੈਗਾ ਸਿੱਧਾ ਨਿਕਲ ਜਾਸੀ, ਮਾਸ਼ਾਅੱਲਾ ਸਾਡੇ ਚੂਚੇ ਬੇਗਮ ਸਾਹਿਬਾ ਦੀ ਖੁਆਇਸ਼ ਹੈ ਕਿ ਆਹ ਜਿਹੜੇ ਚੂਚੇ ਹਨ ਨਾ ਜੀ ਆਹ ਮੁਰਗੇ ਇਹ ਜਿਵੇਂ ਜਿਵੇਂ ਵੱਧ ਸਨੇਕ ਤਾਂ ਇਹਨਾਂ ਨੂੰ ਦਾਣਾ ਪਾਣੀ ਪਾਇਆ ਸਵਾਬ ਹੁੰਦਾ ਕਿ ਇਹਨਾਂ ਦੀ ਚੋਗ ਨਿਕਲਦੀ ਰਹਿੰਦੀ ਹੈ, ਔਰ ਜਿਹੜਾ ਆਹ ਹੈ ਜਾਨੂ ਇਹਦਾ ਨਾਂ ਰੱਖਿਆ ਜੀ ਇਸ ਮੁਰਗੇ ਦਾ, ਆਹ ਰਾਜੂ ਹੈ ਇਹ ਬਾਈ ਸਫਦਰ ਦਾ ਹੈ, ਇਹਦਾ ਨਾਂ ਜਾਨੂ ਰੱਖਿਆ ਜੀ, ਅਤੇ ਜਾਨੂ ਬੜਾ ਸਿਆਣਾ ਹੈ, ਇੱਕ ਤਾਂ ਕੋਈ ਚੀਜ਼ ਨੁਕਸਾਨ ਨਹੀਂ ਕਰਦਾ, ਅਤੇ ਦੂਸਰਾ ਜੀ ਇਹ ਮਾਸ਼ਾਅੱਲਾ ਇੱਕੋ ਜਗ੍ਹਾ 'ਤੇ ਫਿਰਦਾ ਰਹਿੰਦਾ, ਇੱਥੇ ਇੱਥੋਂ ਕਿਧਰੇ ਨਹੀਂ ਜਾਂਦਾ, ਪਾਣੀ ਵੀ ਰੱਖਿਆ ਹੋਇਆ ਇਹਨਾਂ ਨੂੰ ਦਾਣਾ ਵਗੈਰਾ ਵੀ ਪਾਇਆ ਹੋਇਆ ਜੀ, ਇੱਥੇ ਹੀ ਇਹ ਫਿਰਦਾ ਰਹਿੰਦਾ, ਰਾਤ ਨੂੰ ਸੁਫਿਆਨ ਬੜਾ ਖੁਸ਼ ਹੁੰਦਾ, ਅਤੇ ਜਿਹੜਾ ਹੈ ਨਾ ਜਾਨੂ
ਜਾਨੂ ਆ ਕੇ ਜੀ ਸੁਫਿਆਨ ਦੇ ਸਿਰਾਂਦੀ ਆ ਕੇ ਬਹਿ ਜਾਂਦਾ ਮੰਜੇ 'ਤੇ, ਫਿਰ ਉੱਥੋਂ ਉਠਾ ਚਾਹ ਕੇ ਤਾਂ ਇੱਥੇ ਬਿਠਾਈਦਾ ਇਹਨੂੰ, ਕਿਉਂਕਿ ਠੰਡੀ ਜਗ੍ਹਾ ਵੀ ਇਹਨੇ ਅਤੇ ਖੁੱਲ੍ਹੀ ਜਗ੍ਹਾ ਵੀ ਹੈ। ਅਤੇ ਮਾਸ਼ਾਅੱਲਾ ਭਾਈ ਰੇਤ ਵੀ ਲੈ ਕੇ ਨਾ ਮਿਸਾਲਾ ਅੰਦਰ ਬਣਾ ਰਹਿਣ, ਤਾਂ ਕਿ ਜਿਹੜਾ ਪੌੜੀ 'ਤੇ ਪੜ੍ਹਨਾ ਨਾ ਉਹ ਇਸ ਜਗ੍ਹਾ 'ਤੇ ਜੀ ਲਿਆ ਕੇ ਅੰਦਰ ਹੀ, ਇੱਕ ਤਾਂ ਇਸ ਜਗ੍ਹਾ ਤਰਾਈ ਦੀ ਤਰਾਈ ਵੀ ਹੁੰਦੀ ਪੀ ਨਾਲ ਨਾਲ, ਇੱਕ ਅੰਦਰ ਛਾਂ ਹੁੰਦੀ ਹੈ, ਤਾਂ ਕਿ ਬਾਹਰ ਧੁੱਪ ਅਤੇ ਮਿਸਤਰੀ ਮਜ਼ਦੂਰ ਭਾਈ ਉਹਨਾਂ ਨੂੰ ਕੋਈ ਤੰਗੀ ਨਾ ਬਣੇ। ਹੋਰ ਉਹ ਨਾਕੇ 'ਚ ਵੀ ਅੱਜ ਲੱਗ ਜਾਸੇ ਉੱਪਰ ਉਹ ਵਾਸ਼ਰੂਮ ਦੀ ਥੋੜ੍ਹੀ ਸਾਈਡ 'ਤੇ, ਤਾਂ ਕਿ ਹਵਾ ਵਗੈਰਾ ਪੈਂਦੀ ਰਹੀ ਸੀ। ਅਤੇ ਮਾਸ਼ਾਅੱਲਾ ਭਾਈ ਜਿਹੜੇ ਹਨ, ਮਾਸ਼ਾਅੱਲਾ ਸਰਫਰਾਜ਼ ਭਾਈ ਜਿਹੜੇ ਹਨ, ਅੱਲਾ ਕੀਤਾ ਪੱਟੀ ਖਲੋਤੇ ਹਨ। ਅਤੇ ਇਹ ਹੁਣ ਸਾਰਾ ਬਹੁਤ ਪੱਟੀ ਸੀ ਉਹ ਜਿਹੜੀ ਲੋਕ ਨਿਕਲਣੀ ਹੈ, ਅਤੇ ਮੈਂ ਤਾਂ ਦੱਸ ਕਿਸੇ ਤਰੀਕੇ ਨਾਲ ਹੋਰ ਨਿਕਲ ਜਾਂਦੀ ਤਾਂ ਚਲੋ ਇਤਨਾ ਨਾ ਉਸਾਰਨਾ ਪਵੇ। ਚਲੋ ਠੀਕ ਹੋ ਗਿਆ ਭਾਈ ਜੀ, ਜਿਸ ਤਰ੍ਹਾਂ ਤੁਹਾਨੂੰ ਅੱਛੀ ਲੱਗੇ ਤੁਸੀਂ ਭਾਈ ਆਪਣੀ ਮਰਜ਼ੀ। ਉਹ ਹੱਥ ਲਿਖਿਆ ਨਿਕਲ, ਉਹ ਯਾਰ ਸਾਨੂੰ ਨਾ ਹੀ ਪਤਾ ਹੁਣ ਭਾਈ, ਸਾਨੂੰ ਇਸ ਚੀਜ਼ ਦਾ ਕੀ ਪਤਾ। ਮੈਂ ਤਾਂ ਜੇ ਸਿੱਬੇ ਨਤ ਕਰਨਾ ਤੁਹਾਡੇ ਨਾਲ ਰਲ ਕੇ, ਮੈਨੂੰ ਤਾਂ ਅਜੇ ਕੋਈ ਮਲੂਮ ਹੁੰਦਾ, ਇਹ ਗੱਲ ਤਾਂ ਹੈ। ਬਾਕੀ ਇਹ ਬਾਊ ਨਾ ਇਹਨੂੰ ਮਾੜਾ ਮੋਟਾ ਇਨਸ਼ਾਅੱਲਾ ਉੱਤੋਂ ਰੰਗ ਮਾਰ ਲਈ ਸਾਂ, ਅਤੇ ਇਹੀ ਹੋਈ ਤਿਆਰ, ਕਿਉਂਕਿ ਇਤਨੀ ਜ਼ਿਆਦਾ ਗੁੰਜਾਇਸ਼ ਤਾਂ ਨਹੀਂ ਹੈ। ਭਾਈ ਹੋਰ ਨੂੰ ਆਖਿਆ ਵੀ ਰਲ ਮਿਲ ਕੇ ਆਪਾਂ ਕਰ ਲੈਂਦੇ, ਜਿਹੜੇ ਅੱਜ ਜਗ੍ਹਾ ਟੁੱਟੀ ਹੋਈ ਨਾ ਇੱਥੇ ਰੰਗ ਲੱਗ ਜਾਸੀ। ਚਲੋ ਇਹ ਬਾਹਰਲੀ ਸਾਈਡ 'ਤੇ ਹੀ ਹੈ, ਕਿਹੜਾ ਇਹਦੇ ਜ਼ਰੂਰਤ ਇਸਤੇਮਾਲ ਤੋਂ ਅੰਦਰ ਹੀ ਹੋਣੇ ਇਹਨਾਂ ਸਾਰੇ, ਇਹ ਬਾਹਰ ਮੇਨ ਹੈ ਜੀ, ਇਹ ਵੀ ਅੱਲਾ ਪਾਕ ਕਰ। ਹਾਂਜੀ ਤਾਂ ਮਾਸ਼ਾਅੱਲਾ ਇੱਟਾਂ ਸਾਡੀਆਂ ਆ ਗਈਆਂ ਹੈਗੀਆਂ ਸੁਬਾਹ ਸੁਬਾਹ, ਅਸੀਂ ਇਹਨਾਂ ਰੇਹੜੀ 'ਤੇ ਲਿਆਉਂਦੀਆਂ ਹੈਗੀਆਂ, ਇਸ ਵਾਸਤੇ 500 ਇੱਟ ਹੈਗੀ ਕਿਉਂਕਿ ਥੋੜ੍ਹੀ ਜਿਹੀ ਘੱਟ ਗਈ ਹੈਗੀ ਸੀ, ਤਾਂ ਅੱਜ 500 ਲੈ ਆਉਂਦੀ ਹੈ ਰੇਹੜੀ 'ਤੇ। ਅਤੇ ਨਾਲੇ ਅਸੀਂ ਨਾ ਗੇਟ ਬੰਦ ਕਰਨਾ ਹੈਗਾ ਹੈ ਕਿਉਂਕਿ ਰਾਤ ਨੂੰ ਫਿਰ ਇੱਥੇ ਸੋਣਾ ਪੈਂਦਾ ਇੱਕ ਜਣੇ ਨੂੰ, ਅਤੇ ਇਸ ਵਾਸਤੇ ਗੇਟ ਜਿਹੜਾ ਨਾ ਪਟਾ ਕੇ ਉੱਚਾ ਕਰਾ ਕੇ ਲਵਾ ਲਵਾਂਗੇ ਇਕੱਠੇ। ਸਾਰੇ ਭਾਈਆਂ ਨੇ ਸਲਾਹ ਕੀਤੀ ਹੈ ਕਿ ਇਕੱਠੇ ਨਾ ਉੱਚਾ ਕਰਕੇ ਲਵਾ ਕੇ ਰੰਗ ਵਗੈਰਾ ਕਰ ਲੈਂਦੇ ਹਾਂ। ਅਤੇ ਜਿਹੜੀਆਂ ਇੱਟਾਂ ਹੈਗੀਆਂ ਨਾ ਵੀ ਅੱਜ ਇੰਨੀਆਂ ਚਾਹੀਦੀਆਂ ਕਿ ਅਸੀਂ ਹੁਣ ਅੰਦਰ ਆ ਗਈਆਂ ਹੈਗੀਆਂ, ਟੈਨਸ਼ਨ ਖਤਮ ਹੋਈ ਅਤੇ ਜਿਹੜੀਆਂ ਬਾਕੀ ਗੇਟ ਵਗੈਰਾ ਬੰਦ ਹੋ ਜਾਵੇਗਾ। ਬਾਕੀ ਜਿਹੜੀ ਕੋਈ ਮਟੀਰੀਅਲ ਅੱਜ ਕੋਈ ਥੋੜ੍ਹੀ ਬਹੁਤ ਸ਼ਾਇ ਲੈਣੀ ਹੈਗੀ ਉਹ ਲੈ ਕੇ ਅਸੀਂ ਅੰਦਰ ਰੱਖ ਲਵਾਂਗੇ, ਫਿਰ ਆਸ ਰਸਤਾ ਨਾਲ ਵਰਤਦੇ ਰਵਾਂਗੇ। ਤਾਂ ਗੇਟ ਜਿਹੜਾ ਹਾ ਇਹ ਵੀ ਚਾਹ ਕੇ ਜਿਹੜੀ ਆ ਟੁੱਟਾ ਵੱਜਿਆ ਨਾ, ਵੀ ਕਰਨਾ ਤਾਂ ਅੱਗੇ ਪਿੱਛੇ ਲੱਗਣਾ ਤਾਂ ਹੈ, ਅਤੇ ਕਿਆ ਭਾਈਆਂ ਨਾਲ ਮਸ਼ਵਰਾ ਕੀਤਾ ਕਿ ਮੈਂ ਕਿਹਾ ਭਾਈ ਜਾਨ ਜਿਹੜਾ ਨਾ ਆਪਾਂ ਜਿਹੜਾ ਟੁੱਟਾ ਹੋਇਆ ਗੇਟ ਹੈ ਨਾ ਜੀ, ਇਹ ਜਗ੍ਹਾ ਸਾਰੀ ਇਹਦੀ ਟੁੱਟੀ ਹੋਈ ਹੈ, ਇੱਥੋਂ ਵੀ ਜੀ ਇਸ ਜਗ੍ਹਾ ਤੋਂ ਸਾਰਾ ਜਿਹੜਾ ਮਾੜਾ ਮੋਟਾ ਟੁੱਟਾ ਹੋਇਆ ਨਾ ਜੀ, ਇਹ ਮੈਂ ਕਿ ਇਹਨੂੰ ਬਣਵਾ ਲੈਂਦੇ ਹਾਂ। ਚਲੋ ਇਸ 'ਤੇ ਥੋੜ੍ਹੇ ਪੈਸੇ ਲੱਗ ਸਨ ਸਾਨੂੰ, 1000-500 ਜੋ ਵੀ ਆਉਂਦਾ ਹੈ ਉਹ ਮੈਂ ਕਿ ਰਲ ਮਿਲ ਕੇ ਅਸੀਂ ਇਹ ਜੀ ਲਵਾ ਲੈਂਦੇ ਹਾਂ। ਇਹਨੂੰ ਰੰਗ ਚੱਕਰ ਸਾਂ, ਇੱਥੇ ਮੇਨ ਗੇਟ ਉਹ ਸੀ ਜੀ ਬਾਹਰ, ਅਤੇ ਇਹ ਵੀ ਅੱਲਾ ਕਰ ਸੀ ਜੀ ਬਣ ਜਾ ਸੀ ਨਾਲ, ਕਿਉਂਕਿ ਮੇਨ ਗੇਟ ਮੇਰੇ ਕੋਲ ਜੀ, ਅਸੀਂ ਸਮਾਨ ਮੈਂ ਜੀ ਲਿਆਇਆ ਨਾ ਉਸ ਟਾਈਮ ਇਹ ਗਿਆ ਟੁੱਟ ਉਤਾਰਨ ਲੱਗਿਆ, ਉਹ ਮਿੱਟੀ ਵਗੈਰਾ ਸਟੀਂਦੀ ਰਹੀ ਜੀ ਇਸ ਜਗ੍ਹਾ 'ਤੇ, ਅਤੇ ਉਹਦੇ ਨਾਲ ਇਹ ਗਿਆ ਟੁੱਟ। ਹੁਣ ਮੈਂ ਆਖਿਆ ਬਾਈ ਉਹਨਾਂ ਕੋਲ ਲਦਾ ਕੇ ਨਾ ਆਹ ਹੁਕਮ ਬੇਗਮ ਸਭ ਲੈ ਆਉਂਦੀਆਂ ਜੀ ਹੁਕਮ ਵੀ, ਹਾਂਜੀ ਹਾਂਜੀ ਇਹ ਵੀ ਸੈੱਟ ਹੋ ਜਾਸਨ ਜੀ, ਅੱਜ ਰਿਪੋਰਟ ਵੱਜ ਗਈਆਂ, ਅਤੇ ਔਰ ਅੱਲਾ ਤਾਲਾ ਕਰ ਸੀ ਜੀ ਇਨਸ਼ਾਅੱਲਾ। ਕੰਮ ਕੋਈ ਵੀ ਹੈ ਰੱਬ ਦੇ ਰਜ਼ਾ ਨਾਲ ਇਨਸ਼ਾਅੱਲਾ, ਅੱਲਾ ਪਾਕ ਕਰਦਾ ਅਤੇ ਸਾਫ਼ ਹੋ ਸਾਰੇ ਕੰਮ ਹੋ ਜਾਂਦੇ ਹਨ। ਅਤੇ ਅੱਲਾ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਅਸੀਂ ਨੀਅਤ ਨਾਲ ਇਹ ਕੰਮ ਨੂੰ ਲੱਗੇ ਹਾਂ, ਅਤੇ ਅੱਲਾ ਤਾਲਾ ਮਦਦ ਦਿੱਤੀ ਹੈ। ਕਹਿੰਦੇ ਥੋੜ੍ਹੇ ਥੋੜ੍ਹੇ ਪੈਸੇ ਲੱਗ ਸਨ ਜੀ, ਚਾਰਾਂ ਬਰਾਵਾਂ ਜੀ ਅਸੀਂ ਆਖਿਆ ਵੀ ਕਿਉਂਕਿ ਇਹ ਸਾਂਝਾ ਕਹੋ ਜਿਹਾ ਪੈਸੇ ਲੈ ਲਾ ਬਾਊ, ਹੁਣ ਜੀ 200 ਰੁਪਏ ਕਿਰਾਇਆ ਦਿਓ, ਅਤੇ ਉਹ ਇਹ ਲੈ ਜਾਸੇ ਤਾਂ ਉਦੋਂ ਲੈ ਵੀ ਉਸ, ਕਿਉਂਕਿ ਜੀ ਸ਼ਹਿਰੋਂ ਬਣਨਾ ਹੈ ਅਤੇ ਉੱਥੋਂ ਜਿਹੜਾ ਨਾ ਉੱਥੋਂ ਬਣਨਾ ਜੀ, ਉੱਥੋਂ ਇਹ ਬਣਵਾ ਕੇ ਅਤੇ ਪਾਈ ਇਵੇਂ ਲੈ ਉਸ ਜੇ ਵੈਲਡ ਹੀ ਕਰਾਉਣਾ ਥੋੜ੍ਹਾ ਥੋੜ੍ਹਾ, ਜਿਹੜਾ ਜਿੱਥੋਂ ਜਿਹੜੀ ਜਗ੍ਹਾ ਟੁੱਟੀ ਹੋਈ ਜੀ ਪੁਰਾਣਾ ਹੈ, ਚਲੋ ਪੁਰਾਣੇ ਨਾਲੇ ਗੁਜ਼ਾਰਾ ਹੀ ਕਰਨਾ ਹੈ ਜੀ, ਅੱਲਾ ਤਾਲਾ ਕਰ ਸੀ ਅਤੇ ਜੀ ਗੁਜ਼ਾਰਾ ਇਨਸ਼ਾਅੱਲਾ ਇਹਦੇ ਨਾਲ ਬੜਾ ਸੋਹਣਾ ਹੋ ਜਾਸੀ। ਔਰ ਮਾਸ਼ਾਅੱਲਾ ਇਹ ਜਗ੍ਹਾ 'ਤੇ ਨਾ ਹੁਣ ਮੋਹਨ, ਹਾਂਜੀ ਅਤੇ ਮਾਸ਼ਾਅੱਲਾ
ਬਜਰੀ ਲੈ ਕੇ ਭਾਈ ਆ ਗਿਆ ਔਰ ਜਿਹੜਾ ਹੈਗਾ ਨਾ ਸਰੀਆ ਵਿੱਚ ਪਾਉਣ ਵਾਲਾ ਪੌੜੀ ਦੇ ਉਹ ਵੀ ਆ ਗਿਆ ਹੈਗਾ, ਲੇਕਿਨ ਬਹੁਤ ਮੁਸ਼ਕਿਲ ਨਾਲ ਇੱਥੇ ਆਇਆ ਕਿਉਂਕਿ ਰਿਕਸ਼ਾ ਆਉਂਦਾ ਉਲਟਿਆ ਹੈ ਇੱਥੇ, ਅਤੇ ਚਾਰ ਬੰਦਿਆਂ ਨੂੰ ਪਿੱਛੇ ਲਾਇਆ ਗਿਆ। ਮੈਂ ਕਿਹਾ ਤੁਸੀਂ ਆਸਰੇ ਨਾਲ ਅੰਦਰ ਲਾਇਆ ਉਹ, ਅਤੇ ਇੱਥੇ ਜਿਹੜੀ ਹੈਗੀ ਨਾ ਬਜਰੀ ਇੱਥੇ ਲਵਾਉਣੀ ਹੈਗੀ ਹੈ। ਇਸ ਵਾਸਤੇ ਅੱਲਾ ਪਾਕ ਖੈਰ ਕਰਦਾ, ਬਜਰੀ ਵੀ ਲਾ ਲੈਂਦੇ ਹਨ ਬਾਈ ਹੋਰੀ, ਔਰ ਜਿਹੜਾ ਸਰੀਆ ਨਾ ਉਹ ਵੀ ਮਾਸ਼ਾਅੱਲਾ ਆ ਗਿਆ ਹੈ। ਆਪਾਂ ਪਾਉਣਾ ਹੈਗਾ ਉਸਤਾਦ ਆਖਿਆ ਜੀ ਪੌੜੀ ਦੇ ਵਿੱਚ ਪਾਉਣਾ ਹੈਗਾ ਸਾਰਾ। ਆਹ ਦੇਖੋ, ਔਰ ਜਿਹੜਾ ਮਾਸ਼ਾਅੱਲਾ ਪੌੜੀ ਦਾ ਕੰਮ ਹੈਗਾ ਨਾ ਉਹ ਵੀ ਪਾਈ ਹੋਰੀ ਸੁਬਾਹ ਦੇ ਲੱਗੇ ਹੋਏ ਸੀ, ਮਾਸ਼ਾਅੱਲਾ ਠੀਕ ਹੋ ਗਿਆ, ਲੈਂਟਰ ਲੱਗ ਗਏ ਹਨ, ਹੁਣ ਪਿਆਂਦੇ ਕੋਈ ਦੇਰ ਨਹੀਂ ਲੱਗਣੀ, ਅਤੇ ਹੁਣ ਬਸ ਬਜਰੀ ਵਾਲਾ ਮਸਾਲਾ ਬਣਾ ਕੇ ਉੱਤੇ ਪਾਈ ਜਾਣਗੇ, ਅਤੇ ਹੁਣ ਕੰਮ ਤਿਆਰ ਹੋ ਗਿਆ ਹੈ ਮਾਸ਼ਾਅੱਲਾ। ਅੱਲਾ ਪਾਕ ਖੈਰ ਕਰ ਸੀ, ਆਸਤਾ ਆਸਤਾ ਹੀ ਆਉਣਾ, ਕਿਉਂਕਿ ਉਹ ਜਿਹੜਾ ਫੱਟੇ ਵਗੈਰਾ ਜੋੜਨੇ ਸੀ ਨਾ ਇਹ ਬਹੁਤ ਹੀ ਮੁਸ਼ਕਿਲ ਪਾਈ ਹੋਰਾਂ ਕੋਲ ਜੁੜੇ ਹੈਗੇ ਨੇ, ਕਿਉਂਕਿ ਉਹ ਜੁੜਦੇ ਹੀ ਨਹੀਂ ਪਏ ਸੀਗੇ, ਉਹ ਛੋਟੇ ਵੱਡੇ ਫੱਟੇ ਹੈਗੇ ਨੇ। ਇਸ ਵਾਸਤੇ ਅਤੇ ਅੱਲਾ ਪਾਕ ਖੈਰ ਕਰ ਸੀ, ਹੁਣ ਮਾਸ਼ਾਅੱਲਾ ਜੁੜ ਗਿਆ ਨਾ, ਸਾਰਾ ਕੁਛ ਇੰਤਜ਼ਾਮ ਹੋ ਗਿਆ ਹੈ, ਸਿਰਫ ਹੁਣ ਆਹ ਪੌੜੀਆਂ ਬਣਾਉਣ ਵਾਲੀਆਂ ਰਹਿ ਗਈਆਂ ਨੇ। ਔਰ ਜਿਹੜਾ ਬਾਈ ਹੈਗਾ ਨਾ ਅੱਜ ਰਿਕਸ਼ਾ ਬਹੁਤ ਮੁਸ਼ਕਿਲ ਆਉਂਦਾ ਪਿਆ ਅੰਦਰ, ਉਹ ਵੀ ਧੱਕਾ ਲਾ ਕੇ ਨਾ ਮਜ਼ਦੂਰ ਹੋਰਾਂ ਨੂੰ ਕਹਿ ਕੇ ਤਾਂ ਧੱਕਾ ਲਵਾਇਆ ਹੈ। ਬਸ ਇੱਥੇ ਰੋਕ ਲਾ, ਮਾਸ਼ਾਅੱਲਾ ਬਾਈ ਹੋਰੀ ਹੁਣ ਬਜਰੀ ਲਾ ਲੈਣਗੇ, ਕਿਉਂਕਿ ਹੁਣੇ ਲੱਗ ਜਾਣੀ ਹੈਗੀ, ਦੇਰ ਨਹੀਂ ਲੱਗਣੀ। ਹਾਂਜੀ, ਅਤੇ ਮਾਸ਼ਾਅੱਲਾ ਸਰੀਆ ਬਾਈ ਹੋਰਾਂ ਨੇ ਲਾ ਲਿਆ ਹੈਗਾ ਸਾਰਾ, ਇੱਥੋਂ ਸਾਰਾ ਜਿਹੜਾ ਹੈਗਾ ਨਾ ਇਹ ਲਾ ਲਿਆ, ਔਰ ਉੱਪਰ ਵਾਲਾ ਥੋੜ੍ਹਾ ਜਿਹਾ ਰਹਿ ਗਿਆ ਹੈਗਾ ਉਹ ਵੀ ਲੱਗੇ ਲਾਉਣ, ਅਤੇ ਬਣਾਉਂਦੇ ਪੈਣ ਜਿਹੜੀਆਂ ਕੁਝ ਚੀਜ਼ਾਂ ਲੱਗਣੀਆਂ ਹੈਗੀਆਂ। ਹੁਣ ਸਰੀਆ ਜਿਹੜਾ ਇੱਧਰ ਵਾਲਾ ਤਾਂ ਬਿਲਕੁਲ ਫਿੱਟ ਹੋ ਗਿਆ, ਔਰ ਮੈਂ ਵੀ ਇਹਨਾਂ ਨਾਲ ਹਾਂਡੀ ਹੁੰਡੀ ਦਾ ਇੱਥੇ ਬਹੁਤ ਸਕੂਨ ਹੈਗਾ, ਨਾਲ ਮੈਂ ਸਾਲਣ ਸੁਲਣ ਦੀ ਤਿਆਰੀ ਕਰ ਲਈ ਹੈ। ਮੈਂ ਕਿਹਾ ਚਲੋ ਇੱਥੇ ਬਣਾ ਲੈਂਦੀ ਹੈਗੀ ਇੱਥੇ ਛਾਂ 'ਤੇ ਵੀ, ਔਰ ਅੱਜ ਮਾਸ਼ਾਅੱਲਾ ਹਵਾ ਵੀ ਕਾਫੀ ਚੱਲਦੀ ਪਈ ਹੈਗੀ ਹੈ, ਬੜਾ ਸਕੂਨ ਹੈਗਾ ਇੱਥੇ, ਠੰਡੀ ਹਵਾ ਵੀ ਔਰ ਖੁੱਲ੍ਹੀ ਜਗ੍ਹਾ ਵੀ ਹੈਗੀ ਹੈ, ਬੜਾ ਸਕੂਨ ਹੈ। ਔਰ ਬਾਈ ਹੋਰੀ ਨਾ ਅੰਦਰ ਮਸਾਲਾ ਬਣਾਉਂਦੇ ਪੈਣ, ਆਹੀ ਜਿਹੜਾ ਬਜਰੀ ਵਾਲਾ ਪੈਣਾ ਹੈਗਾ ਉੱਤੇ ਪੌੜੀ 'ਤੇ ਉਹ ਵਾਲਾ। ਹਾਂਜੀ, ਅਤੇ ਮਾਸ਼ਾਅੱਲਾ ਬਾਈ ਹੋਰਾਂ ਨੇ ਨਾ ਸਰੀਆ ਵਗੈਰਾ ਜੋੜ ਲਿਆ ਹੈਗਾ, ਔਰ ਸੀਮੈਂਟ ਬਜਰੀ ਨਾ ਜੋ ਚੀਜ਼ ਹੈਗੀ ਆ ਉਹ ਰਲਾ ਕੇ ਨਾ ਉਹ ਪਾਉਂਦੇ ਪੈਣ ਸਾਰੀ ਉੱਪਰ, ਚਾਚਾ ਮਿਸਤਰੀ ਤੋਂ ਉੱਪਰ ਖਲੋਤਾ ਹੋਇਆ ਹੈਗਾ, ਉੱਪਰੋਂ ਸ਼ੁਰੂ ਕੀਤੀ ਹੋਈ ਇਸ ਬਾਈ ਨੇ ਇੱਧਰੋਂ ਸਾਈਡ ਤੋਂ ਸਾਰੀ, ਹੁਣ ਆਸਤਾ ਆਸਤਾ ਬਾਹਰ ਬਣ ਜਾਂਦੀ। ਲੇਕਿਨ ਅੱਜ ਬਹੁਤ ਹੀ ਮੁਸ਼ਕਿਲ ਕੰਮ ਹੈਗਾ ਸੀ, ਜਿਹੜੇ ਸਰੀਏ ਵਗੈਰਾ ਜਿਹੜੇ ਜੋੜੇ ਹੈਗੇ ਨਾ ਉਹ ਕਾਫੀ ਤਕਰੀਬਨ 3-4 ਘੰਟੇ ਲੱਗ ਗਏ, ਬਹੁਤ ਮੁਸ਼ਕਿਲ ਕੰਮ ਹੋਇਆ, ਪਹਿਲਾਂ ਫੱਟੇ ਜੋੜੇ ਫਿਰ ਸਰੀਏ ਜੋੜੇ ਸਾਰੀ ਦੀ ਸੈਟਿੰਗ ਕਰਕੇ ਹੁਣ ਪਾਉਂਦੇ ਪੈਣ ਬਜਰੀ ਸੀਮੈਂਟ ਹਰ ਚੀਜ਼। ਅੱਲਾ ਖੈਰ ਕਰ ਸੀ, ਹੁਣ ਮੈਨੂੰ ਤਾਂ ਆਪ ਨੂੰ ਕੋਈ ਨਹੀਂ ਪਤਾ ਹੈਗੇ, ਮੈਂ ਵੀ ਤਾਂ ਪਹਿਲੀ ਵਾਰੀ ਵੇਖੀ ਹੈਗੀ ਪੌੜੀ ਬਣਦੀ ਪਈ, ਅਤੇ ਇਸ ਵਾਸਤੇ। ਲੇਕਿਨ ਬਾਈ ਨੇ ਕਿਹਾ ਹੁਣ ਕੋਈ ਕੰਮ ਨਹੀਂ ਮੁਸ਼ਕਿਲ, ਬਸ ਹੁਣ ਆਸਤਾ ਆਸਤਾ ਹੁਣ ਬਣ ਜਾਵੇਗੀ, ਅਤੇ ਇਸ ਤੋਂ ਬਾਅਦ ਵੇਖੋ ਕੀ ਕਰ ਦੇਣ ਹੁਣ, ਕਿਉਂਕਿ ਮੈਨੂੰ ਖੁਦ ਨੂੰ ਕੋਈ ਨਹੀਂ ਪਤਾ ਹੈਗਾ। ਇਸ ਵਾਸਤੇ ਅੱਲਾ ਪਾਕ ਖੈਰ ਕਰ ਸੀ, ਥੋੜ੍ਹੀ ਜਿਹੀ ਰਹਿ ਗਈ ਹੈ, ਬਣਾ ਲੈਂਦੇ ਹਨ। ਪਰ ਬਾਈ ਹੋਰਾਂ ਦੀ ਰੋਟੀ ਦਾ ਵੀ ਟਾਈਮ ਹੋ ਗਿਆ ਹੈਗਾ, ਪਰ ਬਾਈ ਹੋਰਾਂ ਨੇ ਕਿਹਾ ਹੈਗਾ ਕਿ ਸਾਰਾ ਕਲੀਅਰ ਕਰਕੇ ਪੌੜੀ ਦਾ ਕੰਮ ਫਿਰ ਆ ਕੇ ਰੋਟੀ ਖਾਵਾਂਗੇ। ਹਾਂਜੀ, ਅਤੇ ਮਾਸ਼ਾਅੱਲਾ ਮਿਸਤਰੀ ਬਾਈ ਹੋਰਾਂ ਨੇ ਰੋਟੀ ਦੇ ਦਿੱਤੀ ਹੈਗੀ ਹੈ, ਉਹਨਾਂ ਨੇ ਉਧਰੋਂ ਕੰਮ ਖਤਮ ਕਰ ਲਿਆ ਹੈਗਾ, ਰੋਟੀ ਖਾਂਦੇ ਪੈਣ, ਖਾ ਕੇ ਚਾਹ ਪੀ ਕੇ। ਅਤੇ ਮਾਸ਼ਾਅੱਲਾ ਫਿਰ ਕੋਈ ਕੰਮ ਮਿਸਤਰੀ ਬਾਈ ਹੋਰਾਂ ਨੇ ਰੋਟੀ ਖਾ ਲਈ, ਚਾਹ ਵੀ ਪੀ ਲਈ ਜੀ, ਹੁਣ ਮਾਸ਼ਾਅੱਲਾ ਜਿਹੜਾ ਨਾ ਉਹ ਉਤਲੇ ਹਿੱਸੇ ਦੀ ਜਿਹੜੀ ਹੈ ਨਾ ਸੀੜੀ ਦੀ ਬਰਥੀ ਉਹ ਬਣਾ ਰਹਿਣ ਜੀ, ਉਹ ਤਾਂ ਉਹ ਲੈਂਟਰ ਬਣਾ ਰਹਿਣ, ਤਾਂ ਕਿ ਉਹਦੇ ਉੱਤੇ ਜਿਹੜਾ ਨਾ ਫਿਰ 1-2 ਦਿਨਾਂ ਤੱਕ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸਟੈਪਾਂ ਬਣ ਜਾਂ ਇਸ ਤਰੀਕੇ ਜੀ ਸਟੈਪ, ਜਿਸ ਤਰੀਕੇ ਆਹ ਬਣੇ ਜੀ ਇਸ ਤਰੀਕੇ ਸਟੈਪ, ਫਿਰ 1-2 ਦਿਨਾਂ ਤੱਕ ਕਿਉਂਕਿ ਸੁੱਕ ਜਾ ਸੀ 2 ਦਿਨਾਂ ਤੱਕ, ਫਿਰ ਇਹਦੇ ਉੱਤੇ ਉੱਤੇ ਬਣਾਉਣਾ ਸ਼ੁਰੂ ਕਰ ਦਿੱਤੇ ਸਨ, ਔਰ ਇਸ ਤੋਂ ਹਟ ਕੇ ਜਿਸ ਟਾਈਮ ਇਹ ਬਣਾ ਲਿਆ, ਔਰ ਅੱਲਾ ਕਰ ਸੀ ਇਨਸ਼ਾਅੱਲਾ ਜਿਹੜਾ ਨਾ ਥੱਲੇ ਇਸ ਜਗ੍ਹਾ 'ਤੇ ਜਿਹੜੀ ਨਾ ਫਰਸ਼ ਦਾ ਕੋਈ ਇੰਤਜ਼ਾਮ ਕਰ ਸਨ ਜੀ, ਇਹ ਬਣ ਜਾ ਸੀ।
ਹਾਂਜੀ ਤੇ ਆਸਤਾ ਆਸਤਾ ਕੰਮ ਇਨਸ਼ਾਅੱਲਾ ਹੋ ਜਾਵੇਗਾ। ਇਹ ਜ਼ਿਆਦਾ ਔਖਾ ਕੰਮ ਸੀ, ਉਹਨਾਂ ਨੇ ਇਸ ਵਾਸਤੇ ਸਾਰਾ ਕਰਕੇ ਨਾ ਐਂਡ 'ਤੇ ਕੀਤਾ ਹੈਗਾ। ਸਿਰਫ ਉਹਨਾਂ ਨਾਲ ਵਿਹੜਾ ਰਹਿ ਗਿਆ ਕੱਚਾ ਕਰਨ ਵਾਲਾ, ਉਹ ਥੋੜ੍ਹਾ ਜਿਹਾ ਇੱਥੇ ਬਣਾਉਣ ਵਾਲਾ, ਕੱਪੜੇ ਧੋਣ ਵਾਲਾ, ਖੱਡਾ ਖੁੱਡਾ ਬਣਾਉਣ ਵਾਲਾ ਹੈਗਾ। ਇੱਕ ਬਾਈ ਨੇ ਸਾਨੂੰ ਨਾ ਕਮੈਂਟ ਕੀਤਾ ਸੀ ਰਾਤੀ, ਇੱਕ ਕਮੈਂਟ ਆਇਆ ਹੋਇਆ ਕਿ ਕਹਿੰਦੇ ਹਨ ਕਿ ਬਾਈ ਵਾਸ਼ਰੂਮ ਦੇ ਸਾਹਮਣੇ ਬਰਤਨ ਧੋਣ ਵਾਲਾ ਖੱਡਾ ਕਿਹਨੇ ਕਿਹਾ ਬਣਦਾ ਹੈ। ਵਾਸ਼ਰੂਮ ਦਾ ਖੱਡਾ ਜਿਹੜਾ ਨਾ ਜੀ, ਉਹ ਇਸ ਸਾਈਡ 'ਤੇ ਨੁੱਕਰ ਬਣ ਸੀ ਜੀ, ਉਸ ਸਾਈਡ 'ਤੇ ਵਾਸ਼ਰੂਮ ਦਾ ਦਰਵਾਜ਼ਾ ਇਸ ਸਾਈਡ 'ਤੇ ਆ ਜਾ ਸੀ, ਉਸ ਨੁੱਕਰ ਦੇ ਵਿੱਚ ਜੀ ਬਰਤਨ ਧੋਣ ਵਾਲਾ ਖੱਡਾ ਬਣ ਜਾ ਸੀ, ਸੀੜੀ ਦੇ ਥੱਲੇ ਇਸ ਦੇ ਦਰਮਿਆਨ ਇਹ ਥੱਲੇ ਉੱਥੇ ਬਰਤਨ ਧੋਣ ਵਾਲਾ ਬਣ ਜਾ ਸੀ ਜੀ, ਇਸ ਜਗ੍ਹਾ 'ਤੇ ਕੱਪੜੇ ਧੋਣ ਵਾਲਾ ਬਣ ਜਾ ਸੀ ਜੀ। ਯਾਨੀ ਕਿ ਵਾਸ਼ਰੂਮ ਦੀ ਜਗ੍ਹਾ ਅਸੀਂ ਉੱਥੋਂ ਛੱਡ ਦੇਵਾਂਗੇ ਅਤੇ ਬਰਤਨ ਧੋਣ ਵਾਸਤੇ ਇਹਦੇ ਥੱਲੇ ਇੱਕ ਸਾਈਡ 'ਤੇ ਆ ਜਾ ਸੀ, ਦਰਮਿਆਨ ਦੇ ਵਿੱਚ ਦੀਵਾਰ ਆ ਜਾ ਸੀ ਜਿਸ ਤਰੀਕੇ ਜੀ, ਆਏ ਪੈਣ ਇਸ ਤਰੀਕੇ ਦਰਮਿਆਨ ਦੇ ਵਿੱਚ ਦੀਵਾਰ ਆ ਜਾ ਸੀ, ਆਏ ਮੋਟਰ ਪੱਟ ਕੇ ਅਤੇ ਉਸ ਨੁੱਕਰ ਦੇ ਵਿੱਚ ਥੱਲੇ ਚਲੇ ਜਾ ਸੀ, ਮੋਟਰ ਇੱਕ ਸਾਈਡ 'ਤੇ ਹੋ ਜਾ ਸੀ ਅਤੇ ਬਰਤਨ ਧੋਣ ਵਾਸਤੇ ਉਹ ਸਾਫ਼ ਸੁਥਰਾ ਖੱਡਾ ਉਸ ਜਗ੍ਹਾ 'ਤੇ ਬਣ ਜਾ ਸੀ ਜੀ। ਯਾਨੀ ਕਿ ਇੱਕ ਸਾਈਡ 'ਤੇ ਸਾਫ਼ ਜਗ੍ਹਾ ਉਸ ਸੀ ਜੀ, ਉਸ ਪਾਸੇ ਬਰਤਨਾਂ ਦਾ ਸਾਫ਼ ਸੁਥਰਾ ਮਾਹੌਲ ਹੋ ਜਾ ਸੀ, ਔਰ ਅੱਲਾਹ ਤਾਲਾ ਕਰਸੀ ਇਨਸ਼ਾਅੱਲਾ। ਹਾਂਜੀ ਆਸਤਾ ਆਸਤਾ ਸਾਰਾ ਹੋ ਜਾਵੇਗਾ, ਕਿਉਂਕਿ ਬਰਤਨਾਂ ਦਾ ਲਹਿਦਾ ਹੀ ਹੋਣਾ, ਕੱਪੜਿਆਂ ਵਾਲਾ ਲਹਿਦਾ ਬਣਾਇਆ ਹੈਗਾ, ਬਰਤਨਾਂ ਵਾਸਤੇ ਸਿਲਾ ਤਾਂ ਬਣਾਵਾਂਗੇ, ਅਤੇ ਕੋਈ ਗੱਲ ਨਹੀਂ ਆਸਤਾ ਆਸਤਾ ਮਿਸਤਰੀ ਬਾਈ ਵੀ ਲੱਗੇ ਹੋਣ, ਆਸਤਾ ਆਸਤਾ ਹੋ ਜਾਵੇਗਾ। ਹੁਣ ਅੱਜ ਜ਼ਿਆਦਾ ਔਖਾ ਕੰਮ ਹੈਗਾ ਸੀ ਸੀੜੀ ਦਾ, ਇਹ ਹੋ ਗਿਆ ਅੱਲਾ ਕੀਤਾ, ਅਤੇ ਫਿਰ ਇਨਸ਼ਾਅੱਲਾ ਨਾਲ ਉਹ ਵੀ ਹੁੰਦਾ ਰਹੇਗਾ ਆਸਤਾ ਆਸਤਾ। ਹਾਂਜੀ ਹੋਰ ਲੱਗ ਜਾਵੇਗੀ, ਬਣ ਜਾਵੇਗਾ ਸਾਰਾ ਇਨਸ਼ਾਅੱਲਾ। ਔਰ ਉੱਤੇ ਜਿੱਥੇ ਵਾਸ਼ਰੂਮ ਦੇ ਉੱਤੇ ਬਾਈ ਖਲੋਤਾ ਮਾਸ਼ਾਅੱਲਾ, ਉਹਦੇ ਉੱਤੇ ਵੀ ਉਹਨਾਂ ਨਾਲ ਵਾਹਵਾ ਲੈਂਟਰ ਬਣਾ ਕੇ ਸਰੀਏ ਦਾ ਉੱਤੇ ਸਾਰਾ ਪਾਇਆ, ਤਾਂ ਕਿ ਵਾਸ਼ਰੂਮ ਨੂੰ ਨਾ ਟੈਨਸ਼ਨ ਕੋਈ ਬਣੇ ਅਤੇ ਸੀੜੀ ਵੀ ਮਜ਼ਬੂਤ ਹੋ ਜਾ ਸੀ। ਜਿਹੜੀ ਜਗ੍ਹਾ 'ਤੇ ਜੀ ਉਹ ਬੋਰੀ ਪਈ ਹੈ, ਇਸ ਬੋਰੀ ਵਾਲੀ ਜਗ੍ਹਾ 'ਤੇ ਬੜਾ ਜਾਲ ਬਣਾ ਕੇ ਸਰੀਏ ਦਾ, ਸਰੀਏ ਦਾ ਖਰਚਾ ਕਾਫੀ ਸਾਰਾ ਆ ਗਿਆ ਜੀ। ਇੱਕ ਵਾਰੀ ਪੱਕੀ ਜਗ੍ਹਾ ਤਾਂ ਹੋ ਗਈ ਹੈ, ਤਾਂ ਕਿ ਇਹਦੀ ਹੁਣ ਪਰੇਸ਼ਾਨੀ ਕੋਈ ਨਹੀਂ। ਲੈਂਟਰ ਕਾਫੀ ਸਰੀਆ ਕਾਫੀ ਸਾਰਾ ਪਾ ਕੇ ਜਾਲ ਬਣਾ ਕੇ ਥੱਲੇ ਵਿੱਚ ਪਾਇਆ ਗਿਆ ਜੀ, ਸਾਰਾ ਮਜ਼ਬੂਤੀ ਨਾਲ। ਔਰ ਅੱਲਾਹ ਤਾਲਾ ਕਰਸੀ ਇਨਸ਼ਾਅੱਲਾ, ਜਿਸ ਤਰੀਕੇ ਰੱਬ ਨੂੰ ਮਨਜ਼ੂਰ ਹੈ ਕੰਮ ਤੋਂ ਹੀ ਹੋਣਾ ਹੁੰਦਾ ਹੈ, ਅਤੇ ਅੱਲਾਹ ਦੇ ਹੁਕਮ ਨਾਲ ਸਾਰੇ ਕੰਮ ਮਾਸ਼ਾਅੱਲਾ ਸੋਹਣਾ ਹੁੰਦਾ ਪਿਆ ਹੈ। ਇਨਸ਼ਾਅੱਲਾ ਅੱਲਾਹ ਤਾਲਾ ਕਰਸੀ ਤਾਂ ਸਾਰਾ ਕੰਮ ਅੱਛਾ ਹੋ ਜਾਸੀ। ਔਰ ਹੁਣ ਇਨਸ਼ਾਅੱਲਾ ਅੱਗੇ ਇੱਕ ਦਰਵਾਜ਼ਾ ਹੁਣ ਜੀ ਵਾਸ਼ਰੂਮ ਦਾ ਰਹਿ ਗਿਆ, ਇਹ ਵੀ ਲੈ ਆਵਾਂਗੇ ਜੀ। ਬਾਕੀ ਦਰਵਾਜ਼ੇ ਜਿਹੜੇ ਨਾ ਉਹ ਆਸਤਾ ਆਸਤਾ ਮੁੜ ਜਿਵੇਂ ਪਲਸਤਰ ਉਸ ਸੀ ਉਸ ਤਰੀਕੇ ਲਵਾਂਗੇ ਜੀ। ਪਹਿਲੇ ਮਜ਼ੀਦ ਜ਼ਰੂਰੀ ਹੁਣ ਦਰਵਾਜ਼ਾ ਹੋ ਗਿਆ ਜੀ ਇਹ ਜਿਹੜਾ ਸਾਹਮਣੇ ਨਾ ਵਾਸ਼ਰੂਮ ਦਾ, ਤਾਂ ਕਿ ਉੱਤੋਂ ਵੀ ਹੁਣ ਛੱਤਾਂ ਦੀ ਬਣ ਗਈ ਹੈ ਅਤੇ ਮਾਸ਼ਾਅੱਲਾ ਅੰਦਰੋਂ ਵੀ ਕੁਝ ਠੀਕ ਹੋ ਗਿਆ, ਵਾਸ਼ਰੂਮ ਜਿਹੜਾ ਨਾ ਬੰਦ ਤਾਂ ਹੋ ਗਿਆ, ਹੁਣ ਇਹਦਾ ਦਰਵਾਜ਼ਾ ਇੱਕ ਰਹਿ ਗਿਆ ਜੀ। ਇਨਸ਼ਾਅੱਲਾ ਅੱਲਾ ਕਰਸੀ ਉਹ ਵੀ ਜਿਸ ਤਰੀਕੇ ਅੱਲਾਹ ਤਾਲਾ ਹਿੰਮਤ ਦਿੰਦਾ ਗਾ ਗੁੰਜਾਇਸ਼ ਬਣਦੀ ਕਿ ਨਾਲ ਨਾਲ ਉਹ ਵੀ ਲੈ ਆਵਾਂਗੇ, ਅਤੇ ਆਸਤਾ ਆਸਤਾ ਨਾਲ ਮਿਸਤਰੀ ਭਾਈ ਹੋਰ ਜਿਹੜੇ ਨਾ ਉਹ ਵੀ ਕਰ ਰਹੇ ਹਨ। ਹਾਂਜੀ ਲੱਗੇ ਹੋਣ ਬਾਈ ਕੰਮ ਕਰਨ ਨੂੰ, ਆਸਤਾ ਆਸਤਾ ਅੱਲਾ ਕਰਸੀ ਹੋ ਜਾਸੀ। ਜਿਹੜੇ ਦਰਵਾਜ਼ੇ ਨੂੰ ਅਸੀਂ ਪੜਦਾ ਇੱਕ ਵਾਰੀ ਤਾਂ ਅਰਜ਼ੀ ਜੇ ਲਾਇਆ ਹੋਇਆ, ਅਤੇ ਇਹ ਫਿਰ ਇਨਸ਼ਾਅੱਲਾ ਲੈਂਦੇ ਹਾਂ ਦਰਵਾਜ਼ਾ ਵੀ ਹੁੰਦਾ ਵਾਸ਼ਰੂਮ ਦਾ ਵੀ ਔਰ ਦਰਵਾਜ਼ੇ ਕਮਰਿਆਂ ਦੇ ਜਿਹੜੇ ਬਸ ਇਹ ਰਹਿ ਗਏ, ਬਾਕੀ ਇਨਸ਼ਾਅੱਲਾ ਸਾਰਾ ਕੰਮ ਹੋ ਗਿਆ। ਔਰ ਅੱਲਾ ਕਰਸੀ ਹੁਣ ਆਸਤਾ ਆਸਤਾ ਵੀ ਨਾਲ ਲੈ ਲਵਾਂਗੇ ਜੀ, ਜਿਸ ਤਰ੍ਹਾਂ ਅੱਲਾ ਪਾਕ ਹਿੰਮਤ ਦੇ ਦੇਗਾ। ਹਾਂਜੀ ਨਾਲ ਇਸੇ ਤਰ੍ਹਾਂ ਪਲਸਤਰ ਵੀ ਹੋ ਜਾਸੀ ਅੱਲਾ ਕਰਸੀ, ਅਤੇ ਬਾਕੀ ਦਰਵਾਜ਼ੇ ਵੀ ਲੱਗ ਜਾਸੇ। ਮੇਨ ਜ਼ਰਾ ਜ਼ਿਆਦਾ ਕੰਮ ਸੀ ਉੱਥੇ ਗਿਆ ਅੱਲਾ ਕਿਤਾ ਨਿਕਲ, ਹਾਂਜੀ ਛੋਟੇ ਛੋਟੇ ਕੰਮ ਮੈਨੂੰ ਕੋਈ ਗੱਲ ਨਹੀਂ, ਇਨਸ਼ਾਅੱਲਾ ਅਸੀਂ ਆਸਤਾ ਆਸਤਾ ਕਰ ਲਵਾਂਗੇ ਇਨਸ਼ਾਅੱਲਾ। ਅੱਲਾ ਪਾਕ ਜਿਵੇਂ ਜਿਵੇਂ ਗੁੰਜਾਇਸ਼ ਦਿੰਦਾ ਗਿਆ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਜੀ ਉਹ ਵੀ ਨਾਲ ਕਰ ਲਵਾਂਗੇ ਜੀ। ਔਰ ਮਾਸ਼ਾਅੱਲਾ ਅੱਲਾ ਪਾਕ ਖੁਸ਼ ਰੱਖੇ ਹਾਜੀ ਸਾਹਿਬ ਨੂੰ, ਅੱਲਾ ਪਾਕ ਜ਼ਿੰਦਗੀ ਕਰੇ ਅਤੇ ਅੱਲਾ ਉਹਨੂੰ ਤੰਦਰੁਸਤੀ ਦੇਵੇ ਜਿਹਨੇ ਕਿ ਸਾਡੀ ਇਤਨੀ ਸਪੋਰਟ ਕੀਤੀ ਹੈ, ਅਤੇ ਅੱਲਾ ਤਾਲਾ ਉਹਨੂੰ ਬਹੁਤ ਜ਼ਿਆਦਾ ਦੇਵੇ, ਅੱਲਾ ਉਹਦੇ ਬੱਚਿਆਂ ਜ਼ਿੰਦਗੀ ਕਰੇ। ਹਾਂਜੀ ਅੱਲਾ ਪਾਕ ਖੁਸ਼ ਰੱਖੇ, ਅਸੀਂ ਤਾਂ ਸਾਰੇ ਨਾ ਦੁਆਵਾਂ ਦੇ ਸਕਦੇ ਹਾਂ ਔਰ ਅਸੀਂ ਕੀ ਕਰ ਸਕਦੇ, ਇਨਸ਼ਾਅੱਲਾ ਹਮੇਸ਼ਾ ਦੁਆਵਾਂ ਦੇ ਵਿੱਚ ਯਾਦ ਰੱਖਾਂਗੇ। ਹਾਂਜੀ ਅੱਲਾ ਪਾਕ ਬਾਈ ਦੀ ਜ਼ਿੰਦਗੀ ਕਰੇ, ਅੱਲਾ ਪਾਕ ਉਹਦੇ ਬੱਚਿਆਂ ਦੀ ਜ਼ਿੰਦਗੀ ਕਰੇ, ਅੱਲਾ ਤਾਲਾ ਉਹਦੀ ਹਰ ਮੁਸ਼ਕਿਲ ਪਰੇਸ਼ਾਨੀਆਂ ਦੂਰ ਕਰੇ, ਅੱਲਾ ਨੂੰ ਤੰਦਰੁਸਤੀ ਦੇਵੇ, ਅੱਲਾ ਪਾਕ ਉਹਨੂੰ ਬਹੁਤ ਜ਼ਿਆਦਾ ਤੰਦਰੁਸਤੀ ਦੇਵੇ। ਸਾਡੀਆਂ ਦੁਆਵਾਂ ਅੱਜ ਸਾਹਿਬ ਵਾਸਤੇ ਹਨ, ਅੱਲਾ ਪਾਕ ਉਹਨੂੰ ਖੁਸ਼ ਰੱਖੇ।
ਅਤੇ ਜਿਹੜੇ ਬਾਈ ਨੇ ਮੇਰੇ ਬੱਚਿਆਂ ਦਾ ਇਤਨਾ ਸੋਚਿਆ ਹੈ ਅਤੇ ਸਾਡਾ ਇਤਨਾ ਉਸ ਖਿਆਲ ਕੀਤਾ ਕਿ ਸਾਡੇ ਵਾਸਤੇ ਇਤਨਾ ਕੁਛ ਕਰ ਛੱਡਿਆ, ਉਸ ਅੱਲਾ ਦੇ ਇੱਕ ਨੇਕ ਬੰਦੇ ਨੇ, ਅੱਲਾ ਪਾਕ ਉਹਨੂੰ ਤੰਦਰੁਸਤੀ ਦੇਵੇ ਅਤੇ ਬਹੁਤ ਜ਼ਿਆਦਾ ਦੁਆਵਾਂ ਸਾਡੀਆਂ ਉਹਦੇ ਵਾਸਤੇ। ਅਤੇ ਮਾਸ਼ਾਅੱਲਾ ਜਿਹੜਾ ਨਾ ਮਿਸਤਰੀ ਬਾਈ ਹੋਰ ਵੀ ਬਹੁਤ ਪਿਆਰਾ ਕੰਮ ਕਰ ਰਹੇ ਹਨ ਕਿ ਬਹੁਤ ਹੀ ਨੀਅਤ ਨਾਲ ਇੱਕ ਇਨਸਾਨ ਦੇ ਵਿੱਚ ਹੁੰਦਾ ਨਾ ਬਸ ਮੈਂ ਤਾਂ ਦਿਹਾੜੀ ਹੀ ਲੈਣੀ ਹੈ ਜੇ ਇਤਨਾ ਕੰਮ ਕਰਨਾ ਹੈ, ਲੇਕਿਨ ਮਾਸ਼ਾਅੱਲਾ ਮਿਸਤਰੀ ਬਾਈ ਹੋਰ ਜਿਹੜੇ ਨਾ ਅੱਲਾ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਉਹਨਾਂ ਦੀ ਨੀਅਤ ਕੋਈ ਫਰਕ ਨਹੀਂ, ਔਰ ਅੱਲਾ ਦਾ ਨੇਕ ਬੰਦਾ ਜਿਹੜਾ ਮਿਸਤਰੀ ਉਹ ਬਜ਼ੁਰਗ ਆਦਮੀ ਹੈ ਨਾ ਉਹ ਬਹੁਤ ਹੀ ਨੀਅਤ ਨਾਲ ਅਤੇ ਸਮਝਦਾਰੀ ਨਾਲ ਜੀ ਮਾਸ਼ਾਅੱਲਾ ਕੰਮ ਕਰਦਾ ਹੈ। ਚਾਚਾ ਮਕਬੂਲ ਹੁਸੈਨ ਉਹਦਾ ਨਾਂ ਹੈ, ਅਸੀਂ ਚਾਚਾ ਮਕਬੂਲ ਇਸ ਦਿੰਦੇ ਹਾਂ, ਅਤੇ ਬਹੁਤ ਅੱਛਾ ਹੈ, ਬਹੁਤ ਅੱਛਾ ਹੈ। ਮਜ਼ਦੂਰ ਬਾਈ ਹੋਰ ਵੀ ਬਹੁਤ ਬਾਈ ਬਰਾਰ ਹੈ, ਸਰਫਰਾਜ਼ ਹੈ, ਅਤੇ ਬਹੁਤ ਹੀ ਬਹੁਤ ਨੇਕ ਨੀਤੀ ਨਾਲ ਕੰਮ ਕਰਦੇ ਨੇ ਮਾਸ਼ਾਅੱਲਾ। ਅੱਲਾ ਪਾਕ ਇਹਨਾਂ ਦੀ ਜ਼ਿੰਦਗੀ ਕਰੇ, ਅੱਲਾ ਪਾਕ ਇਹਨਾਂ ਨੂੰ ਖੁਸ਼ ਰੱਖੇ, ਅਤੇ ਬੜਾ ਪਿਆਰਾ ਕੰਮ ਹੋ ਰਿਹਾ। ਔਰ ਸਾਰੇ ਭੈਣਾਂ ਬਾਈ ਦੁਆ ਕੀਤੀ ਕਰੋ ਅੱਲਾ ਤਾਲਾ ਕਿ ਮੇਰੇ ਬੱਚਿਆਂ ਦਾ ਜਿਹੜਾ ਨਾ ਇੱਕ ਜਿਸ ਤਰੀਕੇ ਪਰਿੰਦਾ ਗੌਸਲਾ ਬਣਾਉਂਦਾ ਨਾ, ਇਸੇ ਖੁਆਇਸ਼ 'ਤੇ ਬਣਾਉਂਦਾ ਹੈ ਕਿ ਮੈਂ ਮੇਰੇ ਬੱਚੇ ਇਹਦੇ 'ਚ ਉਸਣ ਜਾਂ ਅੰਡੇ ਲਾਵਾਂਗੇ ਜਾਂ ਬੱਚੇ ਹੋਣਗੇ, ਉਸ ਤਰ੍ਹਾਂ ਇਹ ਗੌਸਲਾ ਹੀ ਹੈ। ਅਤੇ ਅੱਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਮੇਰੇ ਬੱਚਿਆਂ ਦਾ ਜਿਹੜਾ ਨਾ ਇੱਕ ਘਰ ਬਣ ਗਿਆ, ਇਤਨਾ ਪਿਆਰਾ ਘਰ ਕਦੀ ਖੁਆਬ ਵਿੱਚ ਨਹੀਂ ਸੋਚਿਆ ਸੀ, ਕਦੀ ਸੋਚਿਆ ਹੀ ਨਹੀਂ ਸੀ ਖਾਬ ਦੇ ਵਿੱਚ ਵੀ ਕਿ ਸਾਡਾ ਘਰ ਇਸ ਤਰ੍ਹਾਂ ਬਣਸੀ। ਹਾਂਜੀ, ਅੱਲਾ ਪਾਕ ਨੇ ਆਸ ਆਸ ਦਾ ਉਸ ਬਾਈ ਦੀ ਜ਼ਿੰਦਗੀ ਕਰੇ ਜਿਹਨੇ ਨਾ ਸਾਡੀ ਇੰਨੀ ਅੱਛੀ ਸਪੋਰਟ ਕੀਤੀ ਔਰ ਸਾਡਾ ਨਾ ਇੰਨਾ ਪਿਆਰਾ ਘਰ ਬਣਾ ਦਿੱਤਾ ਹੈ, ਕਦੀ ਅਸੀਂ ਸੋਚਿਆ ਨਹੀਂ ਸੀ। ਹਾਂਜੀ, ਅਸੀਂ ਵਾਕਈ ਕਦੀ ਨਹੀਂ ਸੋਚਿਆ ਸੀ ਕਿਉਂਕਿ ਸਾਡਾ ਬਹੁਤ ਜ਼ਿਆਦਾ ਨੀਵਾਂ ਸੀ ਨਾ ਕਮਰਾ, ਅਤੇ ਬੜੇ ਪਰੇਸ਼ਾਨ ਹੁੰਦੇ ਸੀ ਬਾਰਿਸ਼ ਆਉਣ ਦੀ ਵਜ੍ਹਾ 'ਤੇ, ਯੋਂ ਜਿਹਾ ਨੀਵਾਂ ਉਹ ਸਾਰਾ ਨਾ ਕਮਰੇ ਨੂੰ ਤਰੇੜਾਂ ਪਈਆਂ ਹੋਈਆਂ ਸੀ ਅਤੇ ਅਸੀਂ ਪਰੇਸ਼ਾਨ ਹੁੰਦੇ ਸੀ 24 ਘੰਟੇ ਬਾਰਿਸ਼ ਆ ਜਾਂਦੀ, ਹਨੇਰੀ ਆ ਜਾਂ ਬੱਦਲ ਹੋ ਜਾਂਦਾ ਸੀ ਨਾ, ਅਤੇ ਸਾਨੂੰ ਡਰ ਰਹਿੰਦਾ ਸੀ, ਅਸੀਂ ਬੱਚੇ ਲੈ ਕੇ ਬਾਹਰ ਬਹਿ ਜਾਂਦੇ ਸੀ ਕਿ ਬਾਰਿਸ਼ ਦੇ ਵਿੱਚ ਵੀ ਨਾ, ਕਿਉਂਕਿ ਸਾਡੇ ਕੋਈ ਐਸਾ ਸਹਾਰਾ ਨਹੀਂ ਆ, ਜਦੋਂ ਨਜ਼ਰ ਮਾਰਦੇ ਸੀ ਹੋ ਸਕਦਾ ਹਵਾ ਤੇਜ਼ ਚੱਲ ਜਾਵੇ, ਕਮਰਾ ਡਿੱਗ ਸਕਦਾ ਸੀ, ਜਾਂ ਇਸ ਤਰੀਕੇ ਬਾਰਿਸ਼ ਆ ਜਾਂਦੀ ਅਤੇ ਬਾਰਿਸ਼ ਦੇ ਵਿੱਚ ਵੀ ਅਸੀਂ ਜਿਹੜਾ ਨਾ ਬਹੁਤ ਪਰੇਸ਼ਾਨ ਹੁੰਦੇ ਸੀ ਵੀ ਉੱਥੋਂ ਪਾਣੀ ਪੈ ਗਿਆ ਅਤੇ ਥੱਲੇ ਬੱਚੇ ਨਾ ਆ ਜਾਵਣ, ਬਹੁਤ ਜ਼ਿਆਦਾ ਖਤਰਾ ਹੁੰਦਾ, ਸਾਰੀ ਰਾਤ ਅਸੀਂ ਬਹਿ ਕੇ ਕੱਟਣੀ ਜਦੋਂ ਰਾਤ ਨੂੰ ਬਾਰਿਸ਼ ਆਉਣੀ। ਲੇਕਿਨ ਅੱਲਾ ਤਾਲਾ ਦੀ ਬੜੀ ਰਹਿਮਤ ਹੈ, ਸ਼ੁਕਰ ਹੈ ਅੱਲਾ ਤਾਲਾ, ਅੱਲਾ ਉਸ ਬੰਦੇ ਦੇ ਅੱਲਾ ਤਾਲਾ ਨੇ ਸਾਡੀ ਜ਼ਿੰਦਗੀ ਵਿੱਚ ਇੱਕ ਫਰਿਸ਼ਤੇ ਦੀ ਮਿਸਾਲ ਬਣਾ ਕੇ ਭੇਜਿਆ ਤਾਂ ਕਿ ਅਸੀਂ ਸੱਦੇ ਵੀ ਉਹਦਾ ਨਾਮ ਹੀ ਫਰਿਸ਼ਤਾ ਲੈਂਦੇ ਹਾਂ ਕਿ ਅੱਲਾ ਤਾਲਾ ਨੇ ਸਾਡੇ ਇੱਕ ਨੇਕ ਫਰਿਸ਼ਤਾ ਸਾਡੀ ਜ਼ਿੰਦਗੀ ਦੇ ਵਿੱਚ ਭੇਜਿਆ ਕਿ ਅੱਲਾ ਪਾਕ ਨੇ ਉਹ ਭੇਜਿਆ ਕਿ ਬਹੁਤ ਵਾਕਿਆ ਹੀ ਇਸ ਚੀਜ਼ ਦੇ ਮਕਰੂਜ਼ ਦੱਸਿਆ ਸੀ ਕਿ ਜਿਹੜਾ ਸੀ ਇਸ ਹੱਦ ਤੱਕ ਇਸ ਮਿਸਾਲ, ਅਤੇ ਅੱਜ ਅਸੀਂ ਇਤਨੇ ਖੁਸ਼ ਹੁੰਦੇ ਪਏ ਹਾਂ, ਸਾਨੂੰ ਸਾਰੇ ਪਿੰਡ ਵਾਲੇ ਲੋਕ ਵੀ ਕਹਿੰਦੇ ਕਿ ਯਾ ਅੱਲਾ ਤੇਰਾ ਲੱਖ ਲੱਖ ਸ਼ੁਕਰ ਹੈ ਕਿ ਤੁਹਾਨੂੰ ਵੀ ਅੱਲਾ ਪਾਕ ਨੇ ਘਰ ਬਣਾਉਣ ਦੀ ਤੌਫੀਕ ਦਿੱਤੀ ਹੈ। ਹਾਂਜੀ ਜੀ, ਸ਼ੁਕਰ ਅੱਲਾ ਪਾਕ ਦਾ ਕਿ ਸਾਡਾ ਘਰ ਬਣ ਗਿਆ। ਹਾਂਜੀ, ਅਤੇ ਮਾਸ਼ਾਅੱਲਾ ਭਾਈ ਹੋਰ ਨਾ ਇੱਥੇ ਲੱਗਿਆ ਨਾ ਉਹ ਜਿਹੜੀ ਬਜਰੀ ਜੀ ਪਾਣੀ ਹੈਗੀ ਹੈ ਜੋ ਕੱਚਾ ਫਰਸ਼ ਕਰਨਾ ਹੈਗਾ, ਅਤੇ ਮਿੱਟੀ ਜਿਹੜੀ ਹੈਗੀ ਨਾ ਉਹ ਜ਼ਿਆਦਾ ਹੈਗੀ ਸੀ, ਉਹ ਹੁਣ ਕਾਫੀ ਸਾਰੀ ਕੱਢਣੀ ਪੈਗੀ, ਹੁਣ ਭਾਈ ਹੋਰੀ ਪਹਿਲਾਂ ਮਿੱਟੀ ਕੱਢਣਗੇ ਅਤੇ ਫਿਰ ਬਾਅਦ 'ਚ ਕੱਚਾ ਹੋਵੇਗਾ ਇਹ, ਇਸ ਵਾਸਤੇ ਮਿੱਟੀ ਵੀ ਕਾਫੀ ਜੰਮੀ ਪਈ ਹੈਗੀ ਹੈ। ਹਾਂਜੀ, ਆਹ ਦੇਖੋ ਮਿੱਟੀ ਨਾ ਕਾਫੀ ਜਾਮ ਗਈ ਹੈ ਕਿਉਂਕਿ ਅਸੀਂ ਰਾਤ ਨੂੰ ਰੋਜ਼ਾਨਾ ਪਾਣੀ ਤਰੋਕਦੇ ਹਾਂ ਉਸੇ ਮੰਜੀਆਂ ਪਾਉਣ ਤੋਂ ਪਹਿਲਾਂ, ਅਤੇ ਇਸ ਵਾਸਤੇ ਹੁਣ ਲੱਗੀਆਂ ਕੱਚਾ ਕਰਨ, ਅਤੇ ਅੱਲਾ ਪਾਕ ਖੈਰ ਕਰਸੀ ਹੋ ਜਾਂਦਾ ਹੈ। ਅਤੇ ਬਾਕੀ ਜਿਹੜਾ ਸੀੜੀ ਦਾ ਕੰਮ ਹੈਗਾ ਨਾ ਉਹ ਵੀ ਮਾਸ਼ਾਅੱਲਾ ਕਾਫੀ ਮਿਸਤਰੀ ਬਾਈ ਹੋਰ ਲੱਗੇ ਹੁਣ ਕਾਫੀ ਸਾਰਾ ਹੋ ਗਿਆ ਹੈ, ਬਾਕੀ ਆਹ ਜਿਹੜਾ ਹੈਗਾ ਨਾ ਆਹ ਨਾਲ 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 ਸਾਰੀ ਮਿੱਟੀ ਕੱਢ ਕੇ ਨਾ। ਹਾਂਜੀ, ਅਤੇ ਮਾਸ਼ਾਅੱਲਾ ਅੱਧੀ ਬਰਾਂਡੇ ਦੇ ਹਿੱਸੇ ਦੀ ਜਿਹੜੀ ਮਿੱਟੀ ਹੈਗੀ ਨਾ ਉਹ ਬਾਈ ਹੋਰਾਂ ਨੇ ਕੱਢ ਲਈ ਹੈਗੀ, ਔਰ ਮਿੱਟੀ ਵੀ ਕਾਫੀ ਸਾਰੀ ਨਿਕਲੀ ਕਿਉਂਕਿ ਬਹੁਤ ਜ਼ਿਆਦਾ ਹੈਗੀ ਸੀ ਮਿੱਟੀ ਮਿਸਤਰੀ ਬਾਈ ਨੇ ਕਿਹਾ ਹੈਗਾ, ਯਾਨੀ ਕਿ ਜੇ ਇਵੇਂ ਲਾਉਂਦੇ ਨਾ ਫਰਸ਼ 'ਤੇ ਫਿਰ ਪਾਣੀ ਅੰਦਰ ਕਮਰਿਆਂ ਜਾਵੇ ਆ, ਇਸ ਵਾਸਤੇ ਹੁਣ ਕਾਫੀ ਸਾਰੀ ਮਿੱਟੀ ਕੱਢ ਲਈ ਹੈਗੀ ਆ, ਇਹ ਹੁਣ ਪਾਣੀ ਦੀ ਲਹਿਰ ਜਿਹੜੀ ਹੈਗੀ ਨਾ ਉਹ ਇਸ ਸਾਈਡ 'ਤੇ ਗੇਟ ਵਾਲੀ ਸਾਈਡ 'ਤੇ ਆਵੇਗੀ, ਅਤੇ ਇਨਸ਼ਾਅੱਲਾ ਆਸਤਾ ਆਸਤਾ ਹੋ ਜਾਵੇਗਾ ਕੰਮ, ਔਰ ਜਿਹੜੇ ਮਿਸਤਰੀ ਬਾਈ ਉਹਨਾਂ ਮਿੱਟੀ ਨਾਲੋਂ ਨਾਲ ਕੱਢ ਕੇ ਨਾ ਬਾਹਰ ਆਪਣੀ ਗਲੀ ਦੇ ਵਿੱਚ ਸੁੱਟਦੇ ਪੈਣ, ਅਤੇ ਅੱਲਾ ਪਾਕ ਖੈਰ ਕਰਸੀ ਸ਼ਾਮ ਨੂੰ ਆਈਟਾਂ ਵਗੈਰਾ ਲਿਆ ਕੇ ਰੱਖੀਆਂ ਹੋਈਆਂ ਹਨ।
ਤੇ ਬਾਕੀ ਸਾਰਾ ਕੰਮ ਕਰਨੇ ਆ, ਬਜਟਿੰਗ ਵਗੈਰਾ ਵੀ ਬਣੀ ਪਈ ਹੈ। ਬਾਈ ਹੋਰਾਂ ਨੇ ਇਧਰਲੀ ਸਾਈਡ ਤੋਂ ਸਾਰੀ ਜਿਹੜੀ ਨਾ ਮਿੱਟੀ ਚਾਹ ਲਈ ਹੈ ਇਸ ਸਾਈਡ ਤੋਂ, ਅਤੇ ਇਤਨੀ ਬਜਰੀ ਸੁਬਾਹ ਜੀ ਦੇ ਵਿੱਚ ਇਨਸ਼ਾਲਾ ਕੁਛ ਰਾਤ ਨੂੰ ਕੁੱਟੀ ਜਾਵੇਗੀ, ਕੁਛ ਰਲ ਮਿਲ ਕੁੱਟਾਂਗੇ ਅਤੇ ਕੁਝ ਇਨਸ਼ਾਲਾ ਦਿਨੇ ਕੁੱਟ ਕੇ ਅਤੇ ਇਹਨੂੰ ਸੁਬਾਹ ਇਨਸ਼ਾਲਾ ਪੱਕਾ ਫਰਸ਼ ਲਾਵਾਂਗੇ ਤਾਂ ਕਿ ਜਿਹੜਾ ਪਾਣੀ ਆਵੇਗਾ ਨਾ ਇਸ ਸਾਈਡ ਤੋਂ ਅੰਦਰੋਂ ਤਰਾਈ ਕਰਾਂਗੇ, ਉਹ ਪਾਣੀ ਉਸ ਫਰਸ਼ 'ਤੇ ਉਸੇ ਪਰੇਸ਼ਾਨੀ ਨਾ ਬਣੇ ਕਿ ਨੀਹਾਂ ਦੇ ਵਿੱਚ। ਅਤੇ ਮਾਸ਼ਾਅੱਲਾ ਜੀ ਮੁਕੰਮਲ ਗੇਟ ਤੱਕ ਜੀ ਉਹ ਬਰਾਬਰ ਲੇਵਲ ਕਰ ਰਹਿਣ ਤਾਂ ਕਿ ਉਦੋਂ ਬੰਦ ਆ ਜਾਸੀ, ਜਿਤਨੀ ਹੋ ਸਕੇ ਕੁਟਾਈ ਹੁੰਦੀ ਜਾਸੀ ਜੀ, ਨਾਲ ਨਾਲ ਸਾਈਡਾਂ 'ਤੇ ਨਾਲ ਇਹਨੇ ਬਜਰੀ ਭਰੀ ਜਾਸੀ, ਬਜਰੀ ਭਰ ਕੇ ਅਤੇ ਫਿਰ ਉਹਨੂੰ ਉੱਤੋਂ ਕੱਚਾ ਕੀਤਾ ਜਾਸੀ, ਫਰਸ਼ ਬਣ ਜਾਸੀ। ਅਤੇ ਮਾਸ਼ਾਅੱਲਾ ਭਾਈ ਬਰਾਰ ਵੀ ਜਿਹੜਾ ਨਾ ਸਾਰਾ ਲੇਵਲ ਤਾਗਾ ਰੱਖ ਕੇ, ਅਤੇ ਮਾਸ਼ਾਅੱਲਾ ਚਾਚਾ ਮਕਬੂਲ ਮਿਸਤਰੀ ਭਾਈ ਜਿਹੜਾ ਨਾ ਉਹ ਉੱਤੇ ਖਲੋ ਕੇ ਕਰਾ ਰਿਹਾ ਤਾਂ ਕਿ ਕੋਈ ਟੈਨਸ਼ਨ ਨਾ ਬਣੇ। ਉੱਤੋਂ ਤੱਕ ਜੀ ਬਰੂ ਲੇਵਲ ਲੋ ਇੱਟ ਰੱਖ ਦਿੱਤੀ ਗਈ ਹੈ ਇਦੋਂ ਬਰਾਬਰ ਜੀ, ਅੱਲਾਹ ਪਾਕ ਦਾ ਸ਼ੁਕਰ ਜੀ। ਮਾਸ਼ਾਅੱਲਾ ਵੇਖੋ ਜੀ ਇੱਥੇ ਲੇਵਲ ਦੇ ਵਿੱਚ ਇੱਟ ਰੱਖੀ ਗਈ ਚਾਰੋਂ ਤਰਫ, ਇਤਨਾ ਇਤਨਾ ਬਰਾਬਰ ਆ ਜਾਸੀ ਤਾਂ ਕਿ ਜਿਹੜਾ ਪਾਣੀ ਅੰਦਰੋਂ ਉਹ ਸੀ ਨਾ ਜੀ ਉਹ ਮਾਸ਼ਾਅੱਲਾ ਇੱਥੋਂ ਬਾਹਰ ਨਿਕਲਦਾ ਜਾਸੀ। ਔਰ ਇਹ ਵੇਖ ਸਕਦੇ ਹੋ ਮਾਸ਼ਾਅੱਲਾ ਜੀ ਇਹਨਾਂ ਦੋ ਮੋਢੇ ਜੀ ਅੱਜ ਫਿਰ ਲਾ ਚਾ ਨਾਲ ਤਾਂ ਕਿ ਜਿਹੜਾ ਨਾ ਇੱਥੋਂ ਲੇਵਲ 'ਚ ਹੁੰਦਾ ਜਾਸੀ ਜੀ ਉੱਪਰ। ਮਿਸਤਰੀ ਭਾਈ ਪਿਆਂ ਦੇ ਮਾਸ਼ਾਅੱਲਾ ਜਿਹੜਾ ਨਾ ਇਨਸ਼ਾਅੱਲਾ ਸੁਬਾਹ ਜ਼ਿੰਦਗੀ ਰਹੀ ਅਤੇ ਇਹ ਮੋਢੇ ਵੀ ਬਣ ਜਾਸਨ ਜੀ ਤਾਂ ਕਿ ਸੀੜੀ ਵੀ ਬਣ ਜਾਸੀ, ਅਤੇ ਨਾਲ ਹੀ ਵਾਸ਼ਰੂਮ ਦਾ ਦਰਵਾਜ਼ੇ ਦੀ ਵੀ ਕੋਸ਼ਿਸ਼ ਕਰਨੇ ਹਾਂ ਕਿ ਕੱਲ੍ਹ ਨੂੰ ਇਨਸ਼ਾਅੱਲਾ ਕੱਲ੍ਹ ਤੱਕ ਪਰਸੋਂ ਤੱਕ ਜਿਵੇਂ ਹਿਸਾਬ ਲੱਗਦਾ ਨਾਲ ਉਹ ਵੀ ਲੈਵਾਂਗੇ ਕਿ ਉਹ ਜ਼ਰੂਰੀ ਹੈ। ਪਹਿਲੇ ਇੱਕ ਵਾਸ਼ਰੂਮ ਦਾ ਦਰਵਾਜ਼ਾ ਬਣਵਾ ਕੇ ਉਹ ਲੈਂਦੇ ਹਾਂ ਜੀ, ਫਿਰ ਆਸਤਾ ਆਸਤਾ ਜਿਸ ਤਰੀਕੇ ਪਲਸਤਰ ਹੁੰਦਾ ਗਾ ਜੀ ਜੋ ਨਿਜ਼ਾਮ ਹੈ ਫਿਰ ਚੱਲਦਾ ਜਾਸੀ ਅੱਲਾ ਦੁਕਾਨ। ਜਿਵੇਂ ਜਿਵੇਂ ਜੋ ਹਿਸਾਬ ਵੀ ਹੋਇਆ ਇਨਸ਼ਾਅੱਲਾ ਨਾਲ ਨਾਲ ਹੀ ਭੈਣਾਂ ਭਾਈਆਂ ਨੇ ਸ਼ੇਅਰ ਕਰਦੇ ਜਿਸਾਂ। ਔਰ ਬੇਗਮ ਸਾਹਿਬਾ ਜਿਹੜੀ ਨਾ ਉਹ ਮਾਸ਼ਾਅੱਲਾ ਇਹਨਾਂ ਦੇ ਵਾਸਤੇ ਪਾਣੀ ਬਣਾ ਰਹਿਣ, ਅਤੇ ਗਰਮੀ ਹੈ ਨਾ ਗਰਮੀ ਦੀ ਵਜ੍ਹਾ ਤੋਂ ਮੁੜ ਪਾਣੀ ਹਾਂਜੀ ਇੱਕ ਦੋ ਦਫਾ ਪਾਣੀ ਜੀ ਇੱਕ ਸਾਡੇ ਕੋਲ ਬਰਾ ਫਿਤਰੀ ਮਹਿੰਗੀ ਹੋ ਗਈ ਹੈ ਕਿ ਪਾਣੀ ਵੀ ਨਹੀਂ ਠੰਡਾ ਹੁੰਦਾ, ਉਹ ਬਰਫ਼ ਲਿਆਈ ਦੀ ਜੀ ਮੁੱਲ। ਅੱਜ ਮੈਨੂੰ ਬਾਈ ਸਰਫ ਰਸ ਪਿਆ ਕਿ ਅੱਜ ਯਾਰ ਨਾ ਆਪਾਂ 300 ਦੀ ਬਰਫ਼ ਲੈ ਲਈ, 350 ਦੀ ਬਰਫ਼ ਬਰਫ਼ ਅੱਜ ਪਾਣੀ ਪਿਓ। ਹਾਂਜੀ ਅੱਲਾ ਪਾਕ ਕੀਮਤ ਦੱਸੀ ਇਨਸ਼ਾਅੱਲਾ ਨਾਲ ਫਰਿੱਜ ਲੈ ਲਵਾਂਗੇ ਫਿਰ ਇਹ ਪਰੇਸ਼ਾਨੀ ਖਤਮ ਹੋ ਸੀ। ਅਤੇ ਸੁਬਹਾ ਤੋਂ ਲੈ ਕੇ ਸ਼ਾਮ ਤੱਕ 500 ਰੁਪਏ ਦੀ ਬਰਫ਼ ਜੀ ਆਉਂਦੀ ਹੈ, 500 ਦਾ ਪਾਣੀ ਅਤੇ ਉਹ ਕੀ ਕਹਿੰਦੇ ਆ ਵੀ ਇਤਨਾ ਕਿੱਥੇ ਗਰੀਬ ਬੰਦਾ ਅਫੋਰਡ ਕਰ ਸਕਦਾ ਕਿ ਦਿਲ ਤਾਂ ਨਹੀਂ ਕਰਦਾ ਫਿਰ ਗਰਮ ਵੀ ਪਾਣੀ ਕਿਸ ਟਾਈਮ ਪੀ ਲਵਿੰਦਾ, ਲੇਕਿਨ ਮਜਬੂਰੀ ਹੈ ਕਿ ਆਪ ਤਾਂ ਜਿਸ ਤਰ੍ਹਾਂ ਦਾ ਇਹ ਪੀ ਲੈਂਦੇ ਹਾਂ, ਲੇਕਿਨ ਮਿਸਤਰੀ ਬਾਈ ਅਤੇ ਮਜ਼ਦੂਰ ਬਾਈ ਉਹਨਾਂ ਨੂੰ ਤਾਂ ਫਿਰ ਠੰਡਾ ਪਾਣੀ ਬਣਾ ਕੇ ਦੇਣਾ ਪੈਂਦਾ ਕਿਉਂਕਿ ਸਾਰਾ ਦਿਨ ਮਿਹਨਤ ਕਰੀਦੀ ਹੈ ਉਹ ਵੀ ਕਰ ਦੇਣ। ਅਤੇ ਇਸ ਵਾਸਤੇ ਮੁੜ ਜਿਹੜਾ ਪਾਣੀ ਉਹਨਾਂ ਦੇ ਵਾਸਤੇ ਠੰਡਾ ਜ਼ਰੂਰ ਉਹਨਾਂ ਨੂੰ ਚਾਹੀਦਾ ਹੁੰਦਾ, ਕਿਤਨੀ ਗਰਮੀ ਦੇ ਵਿੱਚ ਠੰਡਾ ਪਾਣੀ ਜ਼ਰੂਰ ਬਣਾ ਕੇ ਪਿਆਉਣਾ ਪੈਂਦਾ। ਅਤੇ ਮਿਸਤਰੀ ਬਾਈ ਔਰ ਜਿਹੜੇ ਨਾ ਸ਼ਾਬਾਸ਼ ਨੇ ਅੱਲਾਹ ਤਾਲਾ ਇਹਨਾਂ ਦੀ ਜ਼ਿੰਦਗੀ ਕਰੇ, ਮਜ਼ਦੂਰਾਂ ਦੀ ਵੀ ਔਰ ਮਿਸਤਰੀ ਬਾਈ ਔਰਾਂ ਦੀ ਵੀ, ਅੱਲਾਹ ਇਹਨਾਂ ਨੂੰ ਬਹੁਤ ਜ਼ਿਆਦਾ ਖੁਸ਼ ਰੱਖੇ ਤੰਦਰੁਸਤ ਰੱਖੇ, ਬੜੀ ਨੀਅਤ ਨਾਲ ਅੱਲਾਹ ਤਾਲਾ ਦਾ ਸ਼ੁਕਰ ਹੈ। ਅੱਲਾਹ ਪਾਕ ਮਦੀਨੇ ਦੀ ਹਾਜ ਕਰਾਵੇ ਅਸੀਂ ਤਾਂ ਇਤਨੇ ਖੁਸ਼ ਹਾਂ। ਚਾਚੇ ਮਨਜ਼ੂਰ ਨੂੰ ਕਿਉਂ ਆਉਂਦਾ ਹੁੰਦਾ ਸਾਨੂੰ ਦੱਸਦਾ ਹੁੰਦਾ ਕਿ ਮੇਰੀ ਨਾ ਬਚਪਨ ਤੋਂ ਖੁਆਇਸ਼ ਹੈ ਕਿ ਮੈਂ ਅੱਲਾਹ ਤਾਲਾ ਕੋਈ ਦੁਆ ਮੰਗੀ ਹੈ ਕਿ ਯਾ ਅੱਲਾਹ ਮੇਰੀ ਜ਼ਿੰਦਗੀ ਉਦੋਂ ਤੱਕ ਨਾ ਲਵੀਂ ਜਦੋਂ ਤੱਕ ਮੈਂ ਮਦੀਨੇ ਨਾ ਵਗ ਜਾਵਾਂ, ਤੇਰਾ ਸੋਹਣਾ ਰੋਜ਼ਾ ਨਾ ਲਾ ਲਵਾਂ ਵੇਖ ਲਵਾਂ। ਉਸ ਵਾਸਤੇ ਕਿ ਚਾਚਾ ਮਨਜ਼ੂਰ ਵਾਸਤੇ ਵੀ ਸਾਰੇ ਭੈਣਾਂ ਭਾਈ ਦੁਆ ਕਰਿਆ ਕਿ ਅੱਲਾਹ ਤਾਲਾ ਇਸ ਸ਼ਖਸ ਨੂੰ ਜਿਹੜਾ ਨਾ ਮਦੀਨੇ ਦੀ ਜ਼ਿਆਰਤ ਕਰਾਵੇ, ਹਰ ਮੁਸਲਮਾਨ ਨੂੰ
ਬੜੀ ਸ਼ੌਕ ਇਸ ਸ਼ਖਸ ਦੇ ਦਿਲ ਵਿੱਚ ਹੈ ਕਿ ਇਹਦੀ ਮਿਹਨਤ ਵੀ ਦਿਨ ਰਾਤ ਕਰਦਾ, ਜਿਸ ਤਰੀਕੇ ਵੀ ਰੂਟੀਨ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਸਾਹਮਣੇ ਹੀ ਹੈ। ਅਤੇ ਅੱਜ ਮੈਨੂੰ ਨਾ ਸਪੈਸ਼ਲ ਚਾਚਾ ਨੇ ਕਿਹਾ ਮੇਰੇ ਵਾਸਤੇ ਵੀ ਦੁਆ ਜ਼ਰੂਰ ਕਰਿਆ। ਅਤੇ ਇਹ ਚਾਚਾ ਮਨਜ਼ੂਰ ਜੀ ਮਿਸਤਰੀ ਬਾਈ ਵੀ ਹੈ, ਬਹੁਤ ਅੱਛੇ ਹਨ ਅਤੇ ਨੀਅਤ ਅੱਛੀ ਦੇਣ, ਕਿਉਂਕਿ ਨਾ ਮਾਸ਼ਾਅੱਲਾ ਮਟੀਰੀਅਲ ਤਾਂ ਉਹ ਜਿਹੜਾ ਬਣਾਇਆ ਸੀ, ਸਾਨੂੰ ਅੱਲਾਹ ਤਾਲਾ ਨੇ ਹਿੰਮਤ ਦਿੱਤੀ ਤਾਂ ਅਸੀਂ ਲਿਆ ਹੈ, ਲੇਕਿਨ ਮਿਹਨਤ ਇਸ ਸ਼ਖਸ ਦੀ ਹੈ ਕਿ ਇਸ ਸ਼ਖਸ ਨੇ ਆਪਣੇ ਜ਼ਹਿਨ ਨਾਲ ਇਹ ਸਾਰਾ ਕੁਛ ਬਣਾ ਕੇ ਸਾਡੇ ਵਾਸਤੇ ਇਤਨਾ ਪਿਆਰਾ ਬਣਾਇਆ ਕਿ ਰੱਬ ਦਾ ਲੱਖ ਲੱਖ ਸ਼ੁਕਰ ਹੈ। ਔਰ ਮਜ਼ਦੂਰ ਭਾਈ ਹੋਰਾਂ ਦੀ ਸਾਰਿਆਂ ਬਰਾਵਾਂ ਦੀ ਮਿਹਨਤ ਹੈ ਕਿ ਅਸੀਂ ਰਲ ਮਿਲ ਕੇ ਇਤਨਾ ਕੁਛ ਕੀਤਾ ਹੈ। ਔਰ ਅੱਲਾਹ ਪਾਕ ਦਾ ਸ਼ੁਕਰ ਅਤੇ ਬੇਗਮ ਸਾਹਿਬ ਜਿਹੜਾ ਮਾਸ਼ਾਅੱਲਾ ਪਾਣੀ ਹੁਣ ਜੀ ਠਾਰ ਰਹਿਣ, ਹੁਣ ਬਰਫ਼ ਲੈਣੀ ਪਊ ਸੀ ਜੀ ਜੀ ਨਮਕ ਵੀ ਲੈ ਲੈਂਦੇ ਹਾਂ, ਹੁਣ ਬਰਫ਼ ਜੀ ਸਾਨੂੰ ਸਾਹਮਣੇ ਲੈਣੀ ਪੈਣੀ, ਤੁਹਾਨੂੰ ਦਿਖਾਉਂਦੇ ਹਾਂ ਜਿਹੜੇ ਅਸੀਂ ਲੈਂਦੇ ਹਾਂ ਉੱਥੋਂ ਬਰਫ਼ ਭਾਈ ਕੋਲ, ਉਹ ਦੇਖ ਲਿਆ ਵੀ ਸਾਡੇ ਕੋਲ ਕਿਤਨੇ ਪੈਸੇ ਨੇ, ਕਿਤਨੀ ਬਰਫ਼ ਲੈਣੀ ਹੈ, ਕਿਉਂਕਿ ਬਰਫ਼ ਜਿਹੜੀ ਨਾ ਇੱਥੋਂ ਭਾਈ ਹੋਰ ਸਾਨੂੰ ਦੇਵਣ ਭਾਈ ਕੋਲ ਜੀ, ਮੈਂ ਬਰਫ਼ ਜਿਹੜੀ ਨਾ ਇੱਥੋਂ ਲੈ ਰਿਹਾ ਅਤੇ ਨਿਮਕ ਮੈਂ ਲੈ ਲਿਆ ਜੀ, ਹਾਂ ਨਿਮਕ ਹੈ ਇਹ ਜੀ, ਮੈਂ ਛਾਪਰ ਲੈ ਲਿਆ ਜੀ ਭਾਈ ਕੋਲ। ਬਹੁਤ ਸ਼ੁਕਰੀਆ ਜੀ, ਲਓ ਜੀ ਮੈਂ ਬਰਫ਼ ਲੈ ਕੇ ਚੱਲਿਆ, ਇਤਨੀ ਸਾਰੀ ਮਿਲੀ ਸਾਨੂੰ 50 ਰੁਪਏ ਦੀ, ਹਾਂਜੀ ਅਤੇ ਬਰਫ਼ ਲੈ ਕੇ ਆਹ ਲੈ ਲਓ ਜੀ, ਇਤਨੀ ਸਾਰੀ ਮਿਲੀ ਨੇ ਅਤੇ ਆਹ ਨਿਮਕ ਵੀ ਨੇ ਜੀ, ਹਾਂਜੀ ਹਾਂਜੀ ਚਲੋ ਅੱਲਾਹ ਤਾਲਾ ਨੇ ਜਿਵੇਂ ਮਨਜ਼ੂਰ ਹੈ ਜਿਤਨਾ ਵੀ ਹੈ ਸ਼ੁਕਰ ਅੱਲਾਹ ਤਾਲਾ ਦਾ। ਚਲੋ ਹੁਣ ਦਾ ਸਰਜ ਅਸੀਂ ਸ਼ਾਮ ਨੂੰ ਫਿਰ ਵੇਖੀ ਜਾਸੀ ਜੀ, ਇਨਸ਼ਾਅੱਲਾ ਅੱਲਾਹ ਤਾਲਾ ਕਰਮ ਕਰਸੀ, ਠੀਕ ਹੈ ਜੀ। ਹਾਂਜੀ ਅਤੇ ਪਾਣੀ ਦਿਓ, ਮੈਨੂੰ ਵੀ ਪਿਆਸ ਲੱਗੀ ਖੋਤੀ ਨੇ, ਕਿਉਂਕਿ ਮੈਂ ਵੀ ਜੇ ਹੀਠਾਂ ਪਰ ਚਾਹ ਕਰਨ ਦਿੱਤੀਆਂ ਨਾਲ ਅਤੇ ਮਿੱਟੀ ਵਾਸਤੇ। ਤੇਰੀ ਖੈਰ ਸ਼ਹਿਜ਼ਾਦਾ, ਬੜਾ ਖੁਸ਼ ਹੁੰਦਾ ਪਿਆ ਉਹ ਵੇਖ ਕੇ, ਸਾਰੀ ਜਗ੍ਹਾ ਠੱਡੀ ਠੱਡੀ ਲੱਗਦੀ ਪਈ ਨਾ। ਹਾਂਜੀ ਤੇ ਮਾਸ਼ਾਅੱਲਾ ਮਿਸਤਰੀ ਭਾਈ ਵੀ ਚਲੇ ਗਏ ਛੁੱਟੀ ਕਰ ਗਏ, ਔਰ ਇਹਦਾ ਨਾ ਵਿਹੜੇ ਦਾ ਲੇਬਰ ਜਿਹਾ ਕਰ ਗਏ ਤੇ ਇਨਸ਼ਾਅੱਲਾ ਸੁਬਹ ਆ ਕੇ ਨਾ ਇਹਦਾ ਕਰ ਲੈਣਗੇ ਫਰਸ਼, ਕਿਉਂਕਿ ਬਾਹਰ ਕੁਛ ਬਜਰੀ ਕੁੱਟੀ ਵੀ ਪਈ ਹੈ ਅਤੇ ਕੁਛ ਇਨਸ਼ਾਅੱਲਾ ਇੱਥੇ ਸੁਬਹ ਕੁੱਟਣਗੇ ਅਤੇ ਇਨਸ਼ਾਅੱਲਾ ਅੱਲਾ ਕਰਸੀ ਅਤੇ ਸੁਬਹ ਜਿਹੜਾ ਨਾ ਮਜ਼ਦੂਰ ਭਾਈ ਵੀ ਸੁਬਹ ਸੁਬਹ ਆ ਜਾਂਦੇ, ਕੁਛ ਰਾਤ ਨੂੰ ਅਸੀਂ ਕੁੱਟਾਂਗੇ ਰਲ ਕੇ, ਬੱਚੇ ਵੀ ਲੱਗ ਜਾਣਗੇ, ਬੱਚੇ ਸਪਾਰਾ ਪੜਨ ਗਏ, ਨੂਰ ਫਾਤਮਾ ਵੀ ਗਈ ਹੋਈ ਅਤੇ ਵੱਡੀਆਂ ਬੱਚੀਆਂ ਵੀ ਸਪਾਰਾ ਪੜਨ ਗਈਆਂ ਹੋਈਆਂ ਜੀ, ਅਤੇ ਉਹ ਰਾਤੀ ਅਸੀਂ ਰਲ ਮਿਲ ਕੇ ਫਿਰ ਉਹ ਰਿਕਾਰਡ ਔਰ ਜਿਹੜਾ ਨਾ ਅੱਜ ਪੌੜੀ 'ਤੇ ਕਾਫੀ ਟਾਈਮ ਲੱਗ ਗਿਆ ਹੈਗਾ ਅਤੇ ਇਸ ਵਾਸਤੇ ਇਹ ਕੱਚਾ ਨਹੀਂ ਹੋ ਸਕੂ, ਕਿ ਬਹੁਤ ਹੀ ਜ਼ਿਆਦਾ ਮੈਂ ਤਾਂ ਅੱਜ ਪਹਿਲੀ ਵਾਰੀ ਵੇਖੀ ਹੈਗੀ ਬਣਦੀ ਪਈ ਪੌੜੀ, ਕਿਉਂਕਿ ਨਾ ਕਾਫੀ ਟਾਈਮ ਲੱਗਾ ਹੈਗਾ ਇਸ 'ਤੇ, ਇਹਦੇ ਵਿੱਚ ਜਿਹੜਾ ਲੋਹੇ ਦਾ ਜਾਲ ਪੈਂਦਾ ਨਾ ਜ਼ਿਆਦਾ ਟਾਈਮ ਉਸ 'ਤੇ ਲੱਗਦਾ, ਫਿਰ ਇਹਨਾਂ ਲੇਵਲ ਕਰਨਾ ਹੁੰਦਾ ਹੈ, ਲੇਵਲ ਦੇ ਹਿਸਾਬ ਨਾਲ ਬਿਲਕੁਲ ਇਹ ਦੇਖ ਸਕਦੇ ਹੋ ਕਿ ਇਹ ਗਾਡਰ ਦੇ ਨਾਲ ਬਿਲਕੁਲ ਇੰਨਾ ਮਹਿਸੂਸ ਹੋ ਰਿਹਾ ਕਿ ਇੱਕ ਤੀਲਾ ਵੀ ਫਰਾਕ ਹੋਵੇ, ਇੱਕ ਵਾਲ ਜਿਤਨਾ ਫਰਾਕ ਨਹੀਂ, ਇਤਨਾ ਪਿਆਰਾ ਲੇਵਲ ਕੀਤਾ ਕਿ ਮਿਸਤਰੀ ਭਾਈ ਕਹਿੰਦੇ ਹਨ ਜਦੋਂ ਬਾਰਿਸ਼ ਵਗੈਰਾ ਆਵੇ ਨਾ ਤਾਂ ਉਹ ਪਾਣੀ ਇਹਦੇ ਉੱਤੇ ਉਤਲੇ ਸਿਰੇ ਤੋਂ ਇੱਕ ਚੋਵਾ ਸਿੱਟੋਗੇ ਤਾਂ ਥੱਲੇ ਇੱਥੇ ਐਂਡ ਤੱਕ ਆਵੇਗਾ ਜੀ, ਇੱਥੇ ਤੱਕ ਉੱਤੇ ਰੁਕਦਾ ਨਹੀਂ, ਇਸ ਵਾਸਤੇ ਲੇਵਲ ਕਰੀਦਾ ਅਤੇ ਮਾਸ਼ਾਅੱਲਾ ਜਿਹੜਾ ਨਾ। ਹਾਂਜੀ ਅਤੇ ਅੱਲਾਹ ਪਾਕ ਖੈਰ ਕਰੇ ਅਤੇ ਵੀਡੀਓ ਦੀ ਇਜਾਜ਼ਤ ਚਾਹੁੰਦੇ ਹਾਂ ਔਰ ਅੱਲਾਹ ਪਾਕ ਨਾ ਖੁਸ਼ ਰੱਖੇ ਅਤੇ ਆਬਾਦ ਰੱਖੇ ਸਾਡੇ ਸਾਰੇ ਭੈਣਾਂ ਭਾਈਆਂ ਨੂੰ ਔਰ ਜਿਹੜਾ ਸਾਡਾ ਪਿਆਰਾ ਭਾਈ ਹੈਗਾ ਨਾ ਅੱਲਾਹ ਪਾਕ ਉਹਨੂੰ ਵੀ ਤੰਦਰੁਸਤੀ ਦੇਵੇ ਔਰ ਜ਼ਿੰਦਗੀ ਜਲਦ ਕਰੇ ਔਰ ਅੱਲਾਹ ਪਾਕ ਉਹਨੂੰ ਜੋ ਸਕੀਆਂ ਮੁਸੀਬਤਾਂ ਹੈਗੀਆਂ ਉਹ ਦੂਰ ਕਰੇ, ਅਸੀਂ ਤਿੰਨਾਂ 24 ਘੰਟੇ ਦੁਆ ਮੰਗਦੇ ਹਾਂ ਵਿਆਹ ਵਿੱਚ, ਅੱਲਾਹ ਪਾਕ ਨੇ ਇੱਕ ਵਸੀਲਾ ਬਣਾ ਦਿੱਤਾ ਸਾਡਾ ਔਰ ਸਾਡਾ ਜਿਹੜਾ ਘਰ ਹੈਗਾ ਨਾ ਉਹ ਬਣ ਗਿਆ ਉਹਦੇ ਵਸੀਲੇ ਨਾਲ ਅਤੇ ਸ਼ੁਕਰ ਹੈਗਾ ਕਿ ਅਸੀਂ ਜਿਸ ਤਰ੍ਹਾਂ ਆਪਣੇ ਘਰ ਨੂੰ ਵੇਖਦੇ ਹਾਂ ਅਸੀਂ ਖੁਸ਼ੀ ਨਾਲ ਦੁਆਵਾਂ ਬਹੁਤ ਜ਼ਿਆਦਾ ਦਿੰਦੇ ਹਾਂ ਔਰ ਸਾਰੀ ਉਮਰ ਬਾਹਰ ਜਿਤਨੀ ਸਾਡੀ ਜ਼ਿੰਦਗੀ ਹੈ ਇਨਸ਼ਾਅੱਲਾ ਤਾਲਾ ਅਸੀਂ ਜ਼ਰੂਰ ਦੁਆਵਾਂ ਮੰਗਦੇ ਜਾਵਾਂਗੇ ਅਤੇ ਦੁਆਵਾਂ ਹੀ ਕਰਦੇ ਰਸਾਂ ਇਨਸ਼ਾਅੱਲਾ, ਉਹਦੇ ਬੱਚਿਆਂ ਨੂੰ ਦੁਆਵਾਂ ਕਰਾਂਗੇ ਔਰ ਉਹਨੂੰ ਵੀ ਕਰਾਂਗੇ
ਕਿ ਜਿਹਨੇ ਸਾਡੇ ਬਾਰੇ ਜਿਤਨਾ ਸੋਚਿਆ ਅਤੇ ਸਾਡੇ ਵਾਸਤੇ ਇਤਨੀ ਹੈਲਪ ਕੀਤੀ ਇੱਕ ਪਿਆਰੇ ਬਾਈ ਨੇ। ਇਹ ਇੱਕ ਉਹਦੀ ਰਹਿਮਤ ਅਤੇ ਅੱਲਾਹ ਤਾਲਾ ਦੀ ਅਤੇ ਉਸ ਦੀ ਮਿਹਰਬਾਨੀ ਹੈ ਕਿ ਜਿਹੜੇ ਇੱਕ ਇਨਸਾਨ ਨੇ ਸਾਡੇ ਵਾਸਤੇ ਇਤਨਾ ਕੁਛ ਸੋਚਿਆ। ਅੱਲਾਹ ਤਾਲਾ ਦਾ ਫਰਿਸ਼ਤਾ ਇਨਸਾਨ ਤਾਂ ਅਸੀਂ ਕੀ ਕਹਿ ਸਕਦੇ ਹਾਂ, ਉਹਦੀ ਜਿਤਨੀ ਹੀ ਉਹਨੂੰ ਅਸੀਂ ਕਰੀਏ ਤਾਰੀਫ ਉਤਨੀ ਥੋੜ੍ਹੀ ਹੈ। ਹਾਂਜੀ, ਅਤੇ ਅੱਲਾਹ ਤਾਲਾ ਇਹਨਾਂ ਦੀ ਫੁੱਫੋ ਬਿਮਾਰ ਹੈਗੀ ਨਾ, ਉਹਨੂੰ ਵੀ ਅੱਲਾਹ ਪਾਕ ਤੰਦਰੁਸਤੀ ਦੇਵੇ ਔਰ ਅੱਲਾਹ ਪਾਕ ਉਹਨੂੰ ਖੁਸ਼ ਰੱਖੇ। ਹਾਂਜੀ, ਮੇਰੀ ਸਿਸਟਰ ਬੜੀ ਸਿਸਟਰ ਬਾਜੀ ਰਾਣੋ, ਅੱਲਾਹ ਪਾਕ ਜਿਹੜਾ ਨਾ ਉਹਦੀ ਜ਼ਿੰਦਗੀ ਕਰੇ ਅਤੇ ਅਸੀਂ ਉਹਨੂੰ ਪਿਆਰ ਤੋਂ ਰਾਣੀ ਬੀਬੀ ਉਹਦਾ ਨਾਮ ਹੈ ਅਤੇ ਅਸੀਂ ਰਾਣੋ ਰਾਣੋ ਦਿੰਦੇ ਹਾਂ ਬੜੇ ਪਿਆਰ ਨਾਲ, ਕਿਉਂਕਿ ਸਾਡੀ ਵੱਡੀ ਭੈਣ ਹੈ, ਅਸੀਂ ਉਹਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਹਾਂ ਅਤੇ ਅੱਲਾਹ ਪਾਕ ਉਹਨੂੰ ਖੁਸ਼ ਰੱਖੇ ਅਤੇ ਅੱਲਾਹ ਉਹਨੂੰ ਤੰਦਰੁਸਤੀ ਦੇਵੇ, ਕਿਉਂਕਿ ਬਿਮਾਰ ਸ਼ਮਾਰ ਰਹਿੰਦੀ ਅੱਲਾਹ ਤਾਲਾ ਤੰਦਰੁਸਤੀ ਦੇ। ਅਸੀਂ ਤੁਹਾਨੂੰ ਪਹਿਲਾਂ ਭਾਈਆਂ ਨੂੰ ਰਿਕੁਐਸਟ ਕੀਤੀ ਹੈਗੀ ਹੈ ਕਿ ਤੁਸੀਂ ਵੀ ਦੁਆ ਮੰਗਿਆ ਅਤੇ ਅਸੀਂ ਵੀ ਜ਼ਰੂਰ ਦੁਆ ਕਰਨੇ ਹੈਗੇ, ਬੱਚੇ ਵੀ ਦੁਆ ਕਰਦੇ ਹੈਗੇ ਨਾ, ਅੱਲਾਹ ਪਾਕ ਖੁਸ਼ ਰੱਖੇ। ਹਾਂਜੀ, ਅਤੇ ਅੱਲਾਹ ਪਾਕ ਨਾ ਖੁਸ਼ ਰੱਖੇ ਸਭ ਭੈਣਾਂ ਭਾਈਆਂ ਨੂੰ, ਔਰ ਸਾਡੀ ਜਿਹੜੀ ਵੀਡੀਓ ਹੈ ਨਾ ਉਹਨੂੰ ਵੇਖਿਆ ਕਰੋ ਪੂਰਾ ਔਰ ਐਂਡ ਤੱਕ ਵੇਖੀ ਕਰੋ, ਇਨਸ਼ਾਅੱਲਾ ਤਾਲਾ ਤੁਹਾਨੂੰ ਵੀਡੀਓ ਪਸੰਦ ਆਵੇਗੀ ਸਾਡੀ, ਔਰ ਨਾ ਸਾਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕੀਤਾ। ਸਾਡੀ ਇਹ ਗੱਲ ਹੁੰਦੀ ਕਿ ਅਸੀਂ ਨਾ ਕੋਈ ਕਿਸੇ ਕਿਸਮ ਦਾ ਕੋਈ ਝੂਠ ਫਰੇਬ ਜਾਂ ਕੋਈ ਐਸੀ ਗੱਲ ਨਹੀਂ ਕਰਦੇ, ਜੋ ਵੀ ਅੱਲਾਹ ਤਾਲਾ ਤਾਂ ਵੇਖਦਾ ਨਾ ਇਨਸਾਨ ਨੂੰ, ਬੰਦਾ ਝੂਠ ਮਾਰ ਵੀ ਲੈਂਦਾ ਖੁਦਾ ਤਾਂ ਵੇਖਦਾ ਹੈ ਨਾ, ਲੇਕਿਨ ਅਸੀਂ ਕਦੀ ਝੂਠ ਬੋਲ ਕੇ ਜੋ ਕੋਈ ਜਿਹੜਾ ਕੰਮ ਅਸੀਂ ਕਰਨਾ, ਜੋ ਕੁਛ ਸਾਡੇ ਕੋਲ ਹੁੰਦਾ ਅਸੀਂ ਉਹੀ ਚੀਜ਼ ਸ਼ੇਅਰ ਕਰਨੇ ਹਾਂ। ਇਨਸ਼ਾਅੱਲਾ ਜਿਤਨੇ ਦਿਨ ਵੀ ਅਸੀਂ ਇਹ ਯੂਟਿਊਬ ਚੈਨਲ ਬਣਾਵਾਂਗੇ ਜਾਂ ਇਸ 'ਤੇ ਅਸੀਂ ਜੋ ਵੀਡੀਓ ਚਲਾਵਾਂਗੇ ਨਾ, ਅਸੀਂ ਅੱਲਾਹ ਦੇ ਹੁਕਮ ਨਾਲ ਆਪਣੇ ਰੱਬ ਨਾਲ ਵਾਅਦਾ ਕੀਤਾ ਹੋਇਆ ਕਿ ਕਦੀ ਝੂਠ ਨਹੀਂ ਬੋਲਾਂਗੇ। ਹਾਂਜੀ, ਅੱਲਾਹ ਤਾਲਾ ਕਰਮ ਕਰੇ, ਕਿਉਂਕਿ ਛੋਟੇ ਛੋਟੇ ਬੱਚਿਆਂ ਦਾ ਰਿਜ਼ਕ ਅੱਲਾਹ ਤਾਲਾ ਨੇ ਇਸ ਵੀਡੀਓ ਦੇ ਜ਼ਰੀਏ ਸਾਡਾ ਲਾਇਆ ਹੈ ਅਤੇ ਅਸੀਂ ਨਾ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਜ਼ਿੰਦਗੀ ਭਰ ਜਿਤਨੇ ਟਾਈਮ ਇਹ ਚੈਨਲ ਚੱਲਿਆ ਜਾਂ ਆਪਣਾ ਇਹ ਸਾਡੀ ਵੀਡੀਓ ਆਉਂਦੀ ਰਹੀ ਤੁਹਾਡੇ ਤੱਕ, ਕੋਈ ਝੂਠ ਫਰੇਬ ਨਾ ਉਸੀ, ਇਹ ਸਾਡਾ ਖੁਦਾ ਤਾਲਾ ਨਾਲ ਵਾਅਦਾ ਹੈ, ਕਿਉਂਕਿ ਬੰਦੇ ਨਾਲ ਵਾਅਦਾ ਕੀਤਾ ਤਾਂ ਲੋਕ ਤੋੜ ਦਿੰਦੇ ਲੇਕਿਨ ਰੱਬ ਨਾਲ ਵਾਅਦਾ ਤਾਂ ਨਹੀਂ ਟੁੱਟਦਾ। ਇਨਸ਼ਾਅੱਲਾ ਸਾਡੇ ਕੋਈ ਝੂਠ ਫਰੇਬ ਨਹੀਂ ਹੈ, ਕੋਈ ਗਲਤੀ ਗੁਸਤਾਖੀ ਹੋਵੇ ਤਾਂ ਅਸੀਂ ਮਾਜ਼ਰਤ ਚਾਹੁੰਦੇ ਹਾਂ ਭੈਣਾਂ ਭਾਈਆਂ ਤੋਂ ਕਿ ਸਾਡੇ ਤੋਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਇਸ ਵਿੱਚ ਵੀਡੀਓ 'ਤੇ ਹੋ ਜਾਂਦੀ ਹੈ, ਇਨਸਾਨ ਤੋਂ ਗਲਤੀ ਹੋ ਹੀ ਜਾਂਦੀ ਹੈ, ਲੇਕਿਨ ਉਸ ਚੀਜ਼ ਦੀ ਅਸੀਂ ਮਾਫ਼ੀ ਮੰਗਦੇ ਹਾਂ ਅਤੇ ਬਾਕੀ ਤੁਹਾਡੇ ਸਾਹਮਣੇ ਹੀ ਹੈ। ਹਾਂਜੀ, ਅਤੇ ਅੱਲਾਹ ਪਾਕ ਖੁਸ਼ ਰੱਖੇ, ਆਬਾਦ ਰੱਖੇ, ਇਸ ਦੇ ਵਲੌਗ ਦੇ ਵਿੱਚ ਇਜਾਜ਼ਤ ਚਾਹੁੰਦੇ ਹਾਂ, ਔਰ ਸਾਡੀ ਵੀਡੀਓ ਲਾਈਕ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ, ਐਂਡ ਤੱਕ ਵੇਖਿਆ ਕਰੋ, ਔਰ ਸਾਨੂੰ ਕਮੈਂਟ ਜਿਹੜੇ ਆ ਨਾ ਬਹੁਤ ਮਿਹਰਬਾਨੀ ਹੈ ਸਭ ਭੈਣਾਂ ਭਾਈਆਂ ਦੀ, ਕਿਉਂਕਿ ਉਹ ਸਾਨੂੰ ਕਮੈਂਟ ਬਹੁਤ ਪਿਆਰੇ ਕਰਦੇ ਨੇ, ਸਾਨੂੰ ਅੱਛੇ ਅੱਛੇ ਮਸ਼ਵਰੇ ਦਿੰਦੇ ਹਨ, ਅਤੇ ਅੱਲਾਹ ਤਾਲਾ ਉਹਨਾਂ ਨੂੰ ਸਭ ਨੂੰ ਖੁਸ਼ ਰੱਖੇ ਅਤੇ ਆਬਾਦ ਰੱਖੇ, ਉਹਨਾਂ ਦੇ ਬੱਚਿਆਂ ਨੂੰ, ਉਹ ਸਾਰੇ ਭੈਣਾਂ ਭਰਾ ਸਾਨੂੰ ਜਿਹੜਾ ਬੰਦਾ ਵੇਖਦੇ ਹੋ ਨਾ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ, ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਕਮੈਂਟ ਕਰਨ ਨਾਲ, ਹੌਸਲਾ ਅਫਜ਼ਾਈ ਸਾਡੀ ਹੋ ਜਾਂਦੀ ਹੈਗੀ ਹੈ। ਹਾਂਜੀ, ਸਾਡੀ ਵੀਡੀਓ ਲਾਈਕ ਵੀ ਕੀਤਾ ਕਰੋ, ਸਬਸਕ੍ਰਾਈਬ ਵੀ ਕੀਤਾ ਕਰੋ, ਕਮੈਂਟ ਕਰਕੇ ਭੈਣਾਂ ਭਾਈ ਦੱਸਣਾ ਸਾਡੀ ਜੇ ਗਲਤੀ ਕਿੱਥੇ ਬਣ ਗਈ। ਹਾਂਜੀ, ਅਤੇ ਅੱਜ ਦੇ ਵਲੌਗ ਵਿੱਚ ਇਜਾਜ਼ਤ ਚਾਹੁੰਦੇ ਹਾਂ, ਇਨਸ਼ਾਅੱਲਾ ਸੁਬਹ ਮਿਲਾਂਗੇ ਇੱਕ ਅੱਛੇ ਵਲੌਗ ਦੇ ਨਾਲ, ਅੱਲਾਹ ਹਾਫਿਜ਼।